ਲੋ ਆਦਾਬ ਨਮਸਕਾਰ ਸਤਿ ਸ਼ਕਾਲ ਗੁੱਡ ਇਵਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਅਡਾ 247 ਦੇ YouTube ਪਲੇਟਫਾਰਮ ਤੇ ਉਮੀਦ ਕਰਦਾ ਆ ਆਸ਼ਾ ਕਰਦਾ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਕੈਂਟੋਂਗੇ ਮਸਤ ਹੋਗੇ ਝਮਾ ਝਮ ਹੋਗੇ ਆ ਪਹਿਲਾਂ ਥੋੜੀ ਜੀ ਮਾਫੀ ਚਾਹੂੰਗਾ ਜੀ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਜਿਹੜਾ ਸਮਾਂ ਲੱਗ ਚੁੱਕਿਆ ਉਹਦੇ ਪਿੱਛੇ ਕਾਰਨ ਸੀ ਇੱਕ ਬਹੁਤ ਵੱਡਾ ਬਾਅਦ ਚ ਦੱਸੂਗਾ ਕਾਰਨ ਸੀ ਉਹਦੇ ਪਿੱਛੇ ਵੀ ਕੋਈ ਪੋਜ਼ਿਟਿਵ ਚੀਜ਼ ਹੀ ਸੀ ਭਾਈ ਬਾਕੀ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਬੱਚਾ ਜਿੰਨੇ ਵੀ ਜਣੇ ਜੁੜ ਚੁੱਕੇ ਹੋ ਪਹਿਲੀ ਵਾਰੀ ਅਗਰ ਚੈਨਲ ਨਾਲ ਜੁੜ ਰਹੇ ਹੋ ਤਾਂ ਪੰਜਾਬ ਅਡਾ 247 ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬ ਪੁਲਿਸ ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਣੇ ਆ 2024 ਦੇ ਵਿੱਚ ਉਹਨਾਂ ਚ ਕਨਸਟੇਬਲ ਹੋਵੇ ਸਬ ਇੰਸਪੈਕਟਰ ਹੋਵੇ ਏਐਸਆਈ ਹੋਵੇ ਤੁਹਾਡਾ ਹੈੱਡ ਕਨਸਟੇਬਲ ਹੋਵੇ ਜਾਂ ਭਾਈ ਸਬ ਇੰਸਪੈਕਟਰ ਦਾ ਐਗਜ਼ਾਮ ਹੋਵੇ ਜਿੰਨੇ ਇੰਪੋਰਟੈਂਟ ਆ ਕਲਾਸ ਨੰਬਰ 11 ਹੈ ਪਹਿਲਾਂ ਵਾਲੀਆਂ 10ਵੀਂ ਇੰਪੋਰਟੈਂਟ ਨੇ ਜਿਹਨਾਂ ਨਹੀਂ ਲਈਓ 10 ਕਲਾਸਾਂ ਵੀ ਜਾ ਕੇ ਵੇਖ ਸਕਦੇ ਹੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਦਬ ਦਿਓ ਪਹਿਲੇ ਕੁਐਸਚਨ ਦੇ ਵੱਲ ਚੱਲਾਂਗੇ ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ ਪਹਿਲਾ ਸਵਾਲ ਤੁਹਾਡੇ ਸਾਰਿਆਂ ਸਾਹਮਣੇ ਆ ਪਿਆ ਜੀ ਭਾਰਤ ਵਿੱਚ ਪਹਿਲਾ ਪੁਰਤਗਾਲੀ ਵਾਈਸਰਾਏ ਕੌਣ ਸੀ ਕੁਐਸਚਨ ਇੰਪੋਰਟੈਂਟ ਹੈ ਕੁਐਸਚਨ ਲਾ ਜਵਾਬ ਆ ਜੀ ਕੁਐਸਚਨ ਜ਼ਰੂਰੀ ਹੈ ਭਾਰਤ ਦੇ ਵਿੱਚ ਪਹਿਲਾ ਵਾਈਸਰਾਏ ਕੌਣ ਸੀ ਵਾਈਸਰਾਏ ਕਿਹਨਾਂ ਦਾ ਪੁਰਤਗਾਲੀਆਂ ਦਾ ਕਈ ਵਾਰੀ ਵਾਈਸਰਾਏ ਲਿਖਿਆ ਆ ਜਾਂਦਾ ਕਈ ਵਾਰ ਕਈ ਵਾਰ ਵਾਇਸਰਾਏ ਤੇ ਕਈ ਵਾਰ ਹੀ ਗਵਰਨਰ ਲਿਖਿਆ ਆ ਜਾਂਦਾ ਦੋਵਾਂ ਚ ਕੋਈ ਵੀ ਆਪਸ਼ਨ ਆ ਸਕਦੀ ਹੈ ਸਵਾਲ ਦਾ ਜਵਾਬ ਦੇ ਦਿਓ ਇੱਕ ਵਾਰੀ ਸ਼ਾਬਾਸ਼ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਇਸ ਸਵਾਲ ਦਾ ਜਵਾਬ ਆਏਗਾ ਜੀ ਡੀਆਜ਼ ਨਹੀਂ ਆਏਗਾ ਵਾਸਕੋਡੀ ਗਾਮਾ ਥੋੜਾ ਥੋੜਾ ਲੱਗਦਾ ਅਲਬੀਕਰਕ ਇਹ ਵੀ ਲੱਗਦਾ ਅਲਮੀਡਾ ਵੀ ਲੱਗਦਾ ਵਾਸਕੋਡੀ ਗਾਮਾ ਵੀ ਲੱਗਦਾ ਹੁਣ ਤਿੰਨਾਂ ਦੇ ਵਿੱਚ ਫਰਕ ਕੀ ਹੈ ਵੈਰੀ ਗੁੱਡ ਸ਼ਾਬਾਸ਼ ਪਹਿਲਾ ਵਾਇਸਰਾਏ ਕੌਣ ਸੀ ਬਹੁਤ ਅੱਛੇ ਬਹੁਤ ਅੱਛੇ ਲਾ ਜਵਾਬ ਸ਼ਾਨਦਾਰ ਕਿਆ ਬਾਤ ਹੈ ਜੀ ਤੁਹਾਨੂੰ ਕੀ ਲੱਗਦਾ ਤਨੂੰ ਕੀ ਲੱਗਦਾ ਵੀ ਪੇਪਰ ਜਦੋਂ ਦੇਣ ਜਾਵਾਂਗੇ ਤੇ ਬਾਸ ਸਰਕਾਰ ਤਿਆਰ ਬੈਠੀ ਆ ਵੀ ਕਦੋਂ ਸਾਹਿਬ ਜੀ ਆਉਣਗੇ ਪੇਪਰ ਦੇਣ ਆਉਣਗੇ ਏ ਬੀ ਸੀ ਡੀ ਜੋ ਵੀ ਲਾ ਕੇ ਚਲੇ ਜਾਣਗੇ ਫਿਰ ਸਾਹਿਬ ਜੀ ਨੂੰ ਪੁੱਛਾਂਗੇ ਤੁਹਾਡੇ ਵਰਦੀ ਕਿਹੜੇ ਮੇਚ ਦੀ ਆਉਂਦੀ ਆ ਪੈਂਟ ਕਿਹੜੀ ਕਰਨੀ ਆ ਹਨਾ ਐਲ ਸਾਈਜ਼ ਆਊਗੀ ਸ਼ਰਟ ਕਿ ਐਮ ਸਾਈਜ਼ ਆਊਗੀ ਕੀ ਆਊਗਾ ਸਾਹਿਬ ਜੀ ਨੂੰ ਅਸੀਂ ਪੈਂਟ ਸ਼ਰਟ ਦੇ ਦੇਣੀ ਆ ਵਧੀਆ ਖਾਕੀ ਰੰਗ ਦੀ ਵਰਦੀ ਪਵਾ ਦੇਣੀ ਆ ਇੰਨਾ ਆਸਾਨ ਆ ਸਾਰਾ ਕੁਝ ਭਾਈ ਜੀ ਤੋ ਨਾ ਅੱਖਾਂ ਕਾਲੀਆਂ ਹੋ ਜਾਂਦੀਆਂ ਹੁੰਦੀਆਂ ਇਹ ਤੁੱਕੇ ਲਾਉਣ ਨਾਲ ਕੁਝ ਨਹੀਂ ਬਣਦਾ ਕੁਐਸਚਨ ਨੂੰ ਪੜ੍ਹਨਾ ਸਿੱਖੋ ਕੁਐਸਚਨ ਨੂੰ ਦੇਖੋ ਇੱਕ ਵਾਰੀ ਕਹਿਣਾ ਕੀ ਚਾ ਰਿਹਾ ਹੁਣ ਜਿਹੜੇ ਜਿਹੜੇ ਵਾਸਕੋਡੀ ਗਾਮਾ ਉੱਤਰ ਲਾ ਰਿਹਾ ਨਾ ਜੀ ਤਾਂ ਕਰਦਾ ਕੰਨ ਨਾਲ ਫਰਫਟ ਟੱਕਰਾ ਮਰਾਵਾ ਇਹਨਾਂ ਦੀ ਇੱਥੇ ਕੀ ਲਿਖਿਆ ਇੱਥੇ ਗਵਰਨਰ ਲਿਖਿਆ ਹੋਇਆ ਵਾਇਸ ਰాయਲ ਲਿਖਿਆ ਹੋਇਆ ਭਾਈ ਇੱਥੇ ਯਾਤਰੀ ਥੋੜੀ ਨਾਲ ਲਿਖਿਆ ਵਾਸਕੋਡੀ ਗਾਮਾ ਪਹਿਲਾ ਪੁਰਤਗਾਲੀ ਯਾਤਰੀ ਸੀ ਯਾਰ ਜਰੂਰੀ ਥੋੜਾ ਜਿਹੜਾ ਇਹ ਬਸ ਆ ਗਿਆ ਤੁਹਾਡੇ ਦੇਸ਼ ਦੇ ਵਿੱਚ ਉਹ ਗਵਰਨਰ ਜਾਂ ਵਾਇਸ ਰੋਈ ਤੱਕੇ ਨਾਲ ਦਬੀ ਤੁਰੇ ਇਹਦਾ ਉੱਤਰ ਕੀ ਆਏਗਾ ਫਰਾਂਸਿਸਕੋ ਡੀ ਅਲਮੀਡਾ ਇਹ ਪਹਿਲਾ ਪਾਈ ਆਪਣੇ ਭਾਰਤ ਦਾ ਵਾਇਸਰਾਏ ਸੌਰੀ ਗਵਰਨਰ ਸੀ ਜਿਹੜਾ ਪੁਰਤਗਾਲੀ ਆਂਦਾ ਸੀ ਦੋਸਤੋ ਹੱਦ ਹੋ ਗਈ ਜਮਾਈ ਟੁੱਕੇ ਇਹਨੇ ਟੁੱਕੇ ਕੌਣ ਮਾਰਦਾ ਹੁੰਦਾ ਭਾਈ ਇਹਦਾ ਉੱਤਰ ਕੀ ਆਏਗਾ ਅਲਮੀਡਾ ਅਲਮੀਡਾ ਨੇ ਕਹਿੰਦੇ ਬਲੀਵ ਬਲੂ ਵਾਟਰ ਪਾਲਿਸੀ ਬਲੂ ਵਾਟਰ ਪਾਲਿਸੀ ਇਹ ਜਿਹੜੀ ਨੇਵੀ ਸੈਨਾ ਬਣਾਈ ਸੀ ਉਹਨੂੰ ਸਸ਼ਕਤ ਕਰਨ ਵਾਸਤੇ ਨੂੰ ਮਜ਼ਬੂਤ ਕਰਨ ਵਾਸਤੇ ਪਾਲਿਸੀ ਲਿਆਂਦੀ ਗਈ ਸੀ ਬਲੂ ਵਾਟਰ ਪਾਲਿਸੀ ਇਹ ਕਿਨੇ ਅਲਮੀਡੇ ਨੇ ਲੈ ਕੇ ਆਂਦੀ ਸੀ ਪੁਰਤਗਾਲੀਆਂ ਦੇ ਵੱਲੋਂ ਠੀਕ ਹੈ ਅਲਬੀਕਰਿਕ ਇਹ ਕੌਣ ਆ ਬੱਚਾ ਇਹ ਅਲਮੀਡਾ ਤੋਂ ਬਾਅਦ ਅਗਲਾ ਗਵਰਨਰ ਬਣਾਇਆ ਗਿਆ ਇਹਨੂੰ ਰੀਅਲ ਗਵਰਨਰ ਬੋਲਿਆ ਜਾਂਦਾ ਜੀ ਇਹਨੂੰ ਰੀਅਲ ਗਵਰਨਰ ਆਫ ਪੁਰਤਗੀਜ਼ ਬੋਲਿਆ ਜਾਂਦਾ ਹੈ ਪਿਆਰੇ ਦੋਸਤੋ ਰੀਅਲ ਗਵਰਨਰ ਆਫ ਪੁਰਤਗੀਜ਼ ਬੋਲਿਆ ਜਾਂਦਾ ਇਹ ਪੁਆਇੰਟ ਵੀ ਇੰਪੋਰਟੈਂਟ ਹੈ ਇਹ ਪੁਆਇੰਟ ਵੀ ਯਾਦ ਰੱਖਿਓ ਬਹੁਤ ਅੱਛੇ ਲਾਜਵਾਬ ਸ਼ਾਨਦਾਰ ਕੀ ਬਾਤ ਹੈ ਜੀ ਅਗਲਾ ਕੁਐਸਚਨ ਜਰਾ ਮਾਰਦੇ ਹਾਂ ਨਜ਼ਰ ਲੋ ਜੀ ਅਗਲਾ ਸਵਾਲ ਕਹਿੰਦੇ ਸਰਸਵਤੀ ਸਨਮਾਨ ਪੁਰਸਕਾਰ सरस्वती सम्मान अवार्ड ਜਿਹੜਾ ਹੈ ਉਹ ਪਿਆਰੇ ਦੋਸਤੋ ਉਹ ਕਾਦੇ ਨਾਲ ਜੁੜਿਆ ਹੋਇਆ ਹੈ 뮤זיਕ ਦੇ ਨਾਲ ਲਿਟਰੇਚਰ ਦੇ ਨਾਲ ਜਰਨਲਿਜ਼ਮ ਦੇ ਨਾਲ ਜਾਂ ਫਿਰ ਡਾਂਸ ਦੇ ਨਾਲ ਕਿਹੜਾ ਕੈਟਾਗਰੀ ਦੇ ਨਾਲ ਜੁੜਿਆ ਹੋਇਆ ਹੈ ਬੱਚੋ ਸ਼ਾਬਾਸ਼ ਇਹੋ ਜਵਾਬ ਦਿਰਾ ਵੈਰੀ ਗੁੱਡ ਕੀ ਆਏਗਾ ਸਵਾਲ ਦਾ ਜਵਾਬ ਇਹਦਾ ਉੱਤਰ ਆਏਗਾ ਜੀ ਸਾਡੇ ਕੋਲ ਲਿਟਰੇਚਰ ਦੇ ਨਾਲ ਜੁੜਿਆ ਹੋਇਆ ਸਰਸਵਤੀ ਸਨਮਾਨ ਪੁਰਸਕਾਰ ਜਿਹੜਾ ਹੈ ਉਹ ਲਿਟਰੇਚਰ ਦੇ ਨਾਲ ਜੁੜਿਆ ਹੋਇਆ ਇੱਕ ਗਿਆਨਪੀਠ ਅਵਾਰਡ ਆ ਪਿਆਰੇ ਦੋਸਤੋ ਇੱਕ ਗਿਆਨਪੀਠ ਅਵਾਰਡ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਜਿਹੜਾ ਗਿਆਨਪੀਠ ਅਵਾਰਡ ਹੈ ਬੱਚੋ ਇਹ ਵੀ ਇਸੇ ਨਾਲ ਜੁੜਿਆ ਹੋਇਆ ਜੀ ਗਿਆਨਪੀਠ ਅਵਾਰਡ ਵੀ ਲਿਟਰੇਚਰ ਦੇ ਨਾਲ ਜੁੜਿਆ ਹੋਇਆ सरस्वती सम्मान ਵੀ ਲਿਟਰੇਚਰ ਦੇ ਨਾਲ ਜੁੜਿਆ ਹੋਇਆ ਬੱਚੋ ਵੈਰੀ ਗੁੱਡ ਸ਼ਾਬਾਸ਼ ਸਾਹਿਤਿਆ ਅਕੈਡਮੀ ਅਵਾਰਡ ਉਹ ਵੀ ਪਾਈ ਇਹਦੇ ਨਾਲ ਜੁੜਿਆ ਹੋਇਆ ਹੈ ਸਾਹਿਤ ਦੇ ਨਾਲ ਅਗਲਾ ਕੁਐਸਚਨ ਕਹਿੰਦੇ ហេਠਾਂ ਲਿਖਿਆ ਵਿੱਚ ਕਮੇਟੀਆਂ ਵਿੱਚੋਂ ਕਿਹੜੀ ਨੇ ਬੁਨਿਆਦੀ ਕਰਤੱਵਾਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਕਿਹੜੀ ਕਮੇਟੀ ਸੀ ਪਿਆਰੇ ਦੋਸਤੋ ਜਿਨੇ ਫੰਡਮੈਂਟਲ ਡਿਊਟੀਆਂ ਨੂੰ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਕਰਨ ਦੀ ਸਿਫਾਰਿਸ਼ ਕੀਤੀ ਸੀ ਤਾਰਾਪੁਰ ਕਮੇਟੀ ਰਾਧਾ ਕ੍ਰਿਸ਼ਨਾ ਕਮੇਟੀ ਸਵਰਨ ਸਿੰਘ ਕਮੇਟੀ ਜਾਂ ਬਲਵੰਤ ਰਾਏ ਮਹਿਤਾ ਕਮੇਟੀ ਦੇਖੋ ਇਹ ਤੋਂ ਦੋ ਕਮੇਟੀਆਂ ਜਿਹੜੀਆਂ ਨੇ ਤਾਂ ਸਾਫ਼ ਤੌਰ ਤੇ ਪਤਾ ਲੱਗ ਰਹੀਆਂ ਸਰ ਬਲਵੰਤ ਰਾਏ ਮਹਿਤਾ ਕਮੇਟੀ ਨਹੀਂ ਆਏਗੀ ਕਿਉਂ ਕਿਉਂਕਿ ਇਹ ਕਮੇਟੀ ਤਾਂ ਪੰਚਾਇਤਾਂ ਨਾਲ ਸੰਬੰਧਿਤ ਸੀ ਇਹ ਡੀ ਤਾਂ ਕੱਟ ਦਿਓ ਜੀ ਡੀਨ ਤਾਂ ਖਤਮ ਕਰ ਦਿਓ ਨਵੇੜ ਦਿਓ ਕੰਮ ਹਨਾ ਡੀ ਦਾ ਕੰਮ ਤਾਂ ਭਾਈ ਸਾਈਡ ਤੇ ਸਿਰਦੋ ਜੀ ਪਾਸੇ ਕਰ ਦੋ ਡੀ ਦਾ ਕੋਈ ਮਤਲਬ ਨਹੀਂ ਹੈ ਇਹ ਬੱਚੇ ਰਹਿ ਗਈ ਗਿਆ ਜੀ ਪਿੱਛੇ ਰਹਿ ਗਈ ਸਵਰਨ ਸਿੰਘ ਕਮੇਟੀ ਨੇ ਭਾਈ ਇਹ ਸਪਾਰਿਸ਼ ਕੀਤੀ ਸੀ ਵੀ ਫੰਡਾਮੈਂਟਲ ਡਿਊਟੀਆਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ 44 ਅਮੈਂਡਮੈਂਟ ਹੋਈ ਸੀ ਉਸ 44 ਅਮੈਂਡਮੈਂਟ ਦੇ ਤਹਿਤ ਉਸ 44th ਅਮੈਂਡਮੈਂਟ ਦੇ ਤਹਿਤ ਪਿਆਰੇ ਦੋਸਤੋ ਜਿਹੜੀ 44th ਅਮੈਂਡਮੈਂਟ ਦੀ ਗੱਲ ਕਰਦੇ ਆ ਉਹ ਦੇ ਤਹਿਤ ਸਵਰਨ ਸਿੰਘ ਕਮੇਟੀ ਜਿਹੜੀ ਹੈ ਭਾਰਤ ਦੇ ਵਿੱਚ ਪਹਿਲਾਂ 10 10 ਫੰਡਾਮੈਂਟਲ ਡਿਊਟੀ ਸੀ ਟੋਟਲ ਕਿੰਨੀਆਂ ਡਿਊਟੀਆਂ ਸੀ 10 ਫੰਡਾਮੈਂਟਲ ਡਿਊਟੀਆਂ ਸੀ ਅੱਜ ਕਿੰਨੀਆਂ ਹੋ ਗਈਆਂ ਅੱਜ 11 ਹੋ ਗਈਆਂ ਜੀ 11ਵੀਂ ਕਿਹੜੀ ਐਡ ਹੋਈ ਸਿੱਖਿਆ ਦਾ ਅਧਿਕਾਰ ਜਦੋਂ ਦਿੱਤਾ ਗਿਆ ਨਾ ਤੇ 6 ਤੋਂ 14 ਸਾਲ ਦੇ ਜਿਹੜੇ ਬੱਚਿਆਂ ਨੂੰ ਸਕੂਲ ਭੇਜਣ ਵਾਲੀ ਫੰਡਾਮੈਂਟਲ ਡਿਊਟੀ ਜਿਹੜੀ ਹੈ ਉਹ 11ਵੀਂ ਐਡ ਹੋ ਗਈ ਬੱਚਾ ਵੈਰੀ ਗੁੱਡ ਸ਼ਾਬਾਸ਼ ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ ਜੀ ਚਲੋ ਜੀ ਕਹਿੰਦੇ ਸੀਸੀ ਹੋਈ ਪਈ ਆ ਜੀ ਕਲਾਸ ਦੇ ਵਿੱਚ ਬਹੁਤ ਅੱਛਾ ਜੀ ਕਹਿੰਦੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਕੀ ਕਿਹਾ ਜਾਂਦਾ ਜੀ ਅੱਪਰ ਹਾਊਸ ਆਫ ਦਾ ਇੰਡੀਅਨ ਪਾਰਲੀਮੈਂਟ ਨੋਨ ਐਜ਼ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਜੀ ਅੱਪਰ ਹਾਊਸ ਜਿਹੜਾ ਹੈ ਬੱਚੋ ਉਹ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਲੋਕ ਸਭਾ ਦੇ ਨਾਮ ਦੇ ਨਾਲ ਰਾਜ ਸਭਾ ਦੇ ਨਾਮ ਦੇ ਨਾਲ ਵਿਧਾਨ ਪਰਿਸ਼ਦ ਦੇ ਨਾਮ ਦੇ ਨਾਲ ਜਾਂ ਵਿਧਾਨ ਸਭਾ ਦੇ ਨਾਮ ਦੇ ਨਾਲ ਦੱਸੋ ਸ਼ਾਬਾਸ਼ ਵੈਰੀ ਗੁੱਡ ਕੀ ਬਾਤ ਹੈ ਜੀ ਬਹੁਤ ਅੱਛੀ ਬਹੁਤ ਅੱਛੀ ਕੀ ਆ ਰਿਹਾ ਜੀ ਇਸ ਸਵਾਲ ਦਾ ਜਵਾਬ ਇਸ ਸਵਾਲ ਦਾ ਜਵਾਬ ਸਾਡੇ ਕੋਲੇ ਆਏਗਾ ਪਿਆਰੇ ਦੋਸਤੋ ਸਵਾਲ ਦਾ ਅਨਸਰ ਆਏਗਾ ਜੀ ਰਾਜ ਸਭਾ ਰਾਜ ਸਭਾ ਕਹਿੰਦੇ ਅਪਰ ਹਾਊਸ ਆ ਜੀ ਰਾਜ ਸਭਾ ਅਪਰ ਹਾਊਸ ਹੈ ਤੇ ਫਿਰ ਲੋਅਰ ਹਾਊਸ ਕਿਹੜਾ ਇਹ ਵੀ ਤਾਂ ਪੁੱਛ ਸਕਦਾ ਨਾ ਪੇਪਰ ਵਾਲਾ ਲੋਅਰ ਹਾਊਸ ਕਿਹੜਾ ਜੀ ਜੇ ਲੋਅਰ ਹਾਊਸ ਦੀ ਗੱਲ ਕਰੀਏ ਦੋਸਤੋ ਤਾਂ ਫਿਰ ਲੋਕ ਸਭਾ ਹੈ ਜੇ ਲੋਅਰ ਹਾਊਸ ਦੀ ਗੱਲ ਕਰੀਏ ਤਾਂ ਲੋਕ ਸਭਾ ਹੈ ਜੇ ਅਪਰ ਹਾਊਸ ਦੀ ਗੱਲ ਕਰੀਏ ਤਾਂ ਰਾਜ ਸਭਾ ਹੈ ਦੋਸਤੋ ਇਹ ਦੋਵੇਂ ਕਾਦੇ 파ਰਟ ਨੇ ਇਹ ਦੋਵੇਂ ਪਾਰਲੀਮੈਂਟ ਦੇ 파ਰਟ ਨੇ ਜੀ ਤੇ ਪਾਰਲੀਮੈਂਟ ਭਾਰਤ ਦੇ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਹੁੰਦੀ ਆ 79 ਨੰਬਰ ਆਰਟੀਕਲ ਦੇ ਵਿੱਚ ਹੁੰਦੀ ਆ ਜੀ ਰਾਜ ਸਭਾ ਕਿਹੜੇ ਆਰਟੀਕਲ ਚ 80 ਨੰਬਰ ਆਰਟੀਕਲ ਚ ਜੀ 81 ਦੇ ਵਿੱਚ ਕਿਹੜੀ ਆ ਜੀ ਲੋਕ ਸਭਾ ਹੈ ਪਿਆਰੇ ਦੋਸਤੋ ਇਹ ਹੀ ਸਵਾਲ ਦਾ ਜਵਾਬ ਸੀ ਇਹ ਹੀ ਦਾ ਅਨਸਰ ਸੀ ਵੈਰੀ ਗੁੱਡ ਸ਼ਾਬਾਸ਼ ਲਾਜਵਾਬ ਕੀ ਬਾਤ ਜਿੰਦਾਬਾਦ ਅਗਲਾ ਕੁਐਸਚਨ ਦੇਖੋ ਕਹਿੰਦੇ ਹੇਠਾਂ ਲਿਖਿਆਂ ਵਿੱਚੋਂ ਹੇਠਾਂ ਲਿਖਿਆਂ ਚੋਂ ਕਿਹੜੀ ਪਾਰਲੀਮੈਂਟਰੀ ਕਮੇਟੀ ਰਾਜ ਸਭਾ ਤੋਂ ਕੋਈ ਵੀ ਮੈਂਬਰ ਨਹੀਂ ਲੈਂਦੀ ਮੈਂ ਕਹਿੰਨਾ ਇੰਨਾ ਇੰਪੋਰਟੈਂਟ ਕੁਐਸਚਨ ਆ ਨਾ ਹੋ ਸਕਦਾ ਕਦੇ ਇਹ ਜਿਆ ਦਿਨ ਆਵੇ ਵੀ ਸੂਰਜ ਨਾ ਪੂਰਬ ਤੋਂ ਨਿਕਲ ਨਿਕਲਣ ਦੀ ਬਜਾਏ ਪੱਛਮ ਵਾਲੇ ਪਾਸੇ ਚਲੇ ਜਾਵੇ ਵੀ ਅੱਜ ਇਧਰੋਂ ਨਿਕਲ ਜਾਂਦੇ ਆਪਾਂ ਨਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਪੋਸੀਬਲ ਹੈ ਕੋਈ ਵੱਡੀ ਗੱਲ ਨਹੀਂ ਭਾਈ ਇਹ ਵੀ ਹੋ ਸਕਦਾ ਕਿਸੇ ਦੇ ਘਰੇ ਮੱਝ ਸੂਵੇ ਤੇ ਭਾਈ ਜਿਹੜਾ ਕੱਟੂ ਆ ਜਾ ਜਿਹੜਾ ਕੱਟਰੂ ਆ ਜਾ ਫਿਰ ਕੱਟੀ ਆ ਭਾਈ ਉਹ ਜਮਾ ਚਿੱਟੇ-ਚਿੱਟੇ ਗੂਰੇ-ਗੂਰੇ ਰੰਗ ਦੀ ਹੋਵੇ ਇਹ ਵੀ ਪੋਸੀਬਲ ਹੈ ਕੋਈ ਬਾਲੀ ਵੱਡੀ ਗੱਲ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਦੁੱਧ ਵੀ ਕਾਲੇ ਰੰਗ ਦਾ ਹੋ ਸਕਦਾ ਕਾਲੀ ਵੀ ਕਾਲੇ ਰੰਗ ਦੀ ਹੋ ਸਕਦੀ ਹੈ ਪਰ ਮੈਂ ਇੱਕ ਗੱਲ ਕਹੂੰਗਾ ਇਹ ਕੁਐਸਚਨ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਇੰਪੋਰਟੈਂਟ ਨਹੀਂ ਹੈ ਕਿਉਂਕਿ 100% ਪੇਪਰ ਦੇ ਵਿੱਚ ਆਏਗਾ ਪਿਆਰੇ ਦੋਸਤੋ 100% ਪੇਪਰ ਦੇ ਵਿੱਚ ਆਉਣ ਵਾਲਾ ਸਵਾਲ ਹੈ ਸਭ ਤੋਂ ਵੱਡੀ ਕਮੇਟੀ ਪੁੱਛੂਗਾ ਤਾਂ ਵੀ ਉਹੀ ਆਨਸਰ ਆ ਉਹ ਕਿਹੜੀ ਕਮੇਟੀ ਹੈ ਜਿਹੜੀ ਰਾਜ ਸਭਾ ਦੇ ਵਿੱਚੋਂ ਮੈਂਬਰ ਨਹੀਂ ਲੈਂਦੀ ਤਾਂ ਵੀ ਉਹੀ ਆਨਸਰ ਆ ਜੀ ਕਿਵੇਂ ਕਿਹੜੀ ਹੈ ਬੱਚੋ ਕਮੇਟੀ ਔਨ ਐਸਟੀਮੇਟ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਜੀ ਅਨੁਮਾਨ ਸਮੇਟੀ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਬੱਚੋ ਅਨੁਮਾਨ ਕਮੇਟੀ ਜਿਹੜੀਆਂ ਅਨੁਮਾਨ ਕਮੇਟੀਆਂ ਨਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਭਾਈ 30 ਮੈਂਬਰ ਨੇ ਜੀ ਸਭ ਤੋਂ ਵੱਡੀ ਕਮੇਟੀ ਵੀ ਪਾਰਲੀਮੈਂਟ ਦੀ ਇਹੀ ਹੈ ਸਭ ਤੋਂ ਵੱਡੀ ਕਮੇਟੀ ਪਾਰਲੀਮੈਂਟ ਦੀ ਵਿੱਚੋਂ ਇਹੀ ਹੈ 30 ਮੈਂਬਰ ਨੇ ਤੇ ਇਸੇ ਕਮੇਟੀ ਦੇ ਵਿੱਚ ਹੀ ਸਾਰੇ ਮੈਂਬਰ ਜਿਹੜੇ ਆ ਉਹ ਲੋਕ ਸਭਾ ਦੇ ਵਿੱਚ ਹੁੰਦੇ ਆ ਜੀ ਸਾਰੇ ਮੈਂਬਰ ਪਿਆਰੇ ਦੋਸਤੋ ਕਿੱਥੇ ਹੁੰਦੇ ਆ ਲੋਕ ਸਭਾ ਦੇ ਵਿੱਚ ਹੁੰਦੇ ਆ ਇਹ will be ਦਾ ਰਾਈਟ ਆਨਸਰ ਬਹੁਤ ਅੱਛੇ ਲਾਜਵਾਬ ਸ਼ਾਨਦਾਰ ਕੀ ਬਾਤ ਹੈ ਜੀ ਅਗਲਾ ਕੁਐਸਚਨ ਦੇਖੋ अकबरनामा किसने लिखा दोस्तों अकबरनामा किसने लिख्या, लिख्या अब्दुल रहीम खाने खाना ने फैजी ने या अब्दुल कादिर बैद ने या भाई अबुल फजल ने किसने लिखा सिख्या अकबरनामा बच्चों जे ना समझ आए तो कहते दो सर तीस दस दो जी सू नहीं पता लग रहा सॉरी सर चुप करके लिख दो मैं आप ही दस दूंगा जी ਚਲੋ ਇਹ ਸਵਾਲ ਦਾ ਜਵਾਬ ਕੀ ਆਏਗਾ ਜੀ ਇਹ ਸਵਾਲ ਦਾ ਜਿਹੜਾ ਜਵਾਬ ਆਏਗਾ ਸਾਡੇ ਕੋਲੇ ਦੇਖੋ ਹੁਣ ਇੱਕ ਕੁਐਸਚਨ ਨੂੰ ਇੰਪੋਰਟੈਂਟ ਤਰੀਕੇ ਨਾਲ ਵਧੀਆ ਤਰੀਕੇ ਨਾਲ ਪੜ੍ਹਨ ਦਾ ਤਰੀਕਾ ਦੱਸ ਦਿਆਂ ਕੀ ਹੈ ਜੀ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਜਿਹੜਾ ਅਕਬਰ ਆ ਅਕਬਰ ਦੇ ਦਰਬਾਰ ਦੇ ਵਿੱਚ ਅਬੂਲ ਫਜ਼ਲ ਨਾਮ ਦਾ ਵਿਅਕਤੀ ਸੀ ਇਹ ਪਤਾ ਹੋਣਾ ਚਾਹੀਦਾ ਠੀਕ ਹੈ ਸਰ ਪਤਾ ਲੱਗ ਗਿਆ ਅਬੂਲ ਫਜ਼ਲ ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਇਹ ਵੀ ਗੱਲ ਯਾਦ ਰੱਖਿਓ ਜੀ ਠੀਕ ਹੈ ਸਰ ਇਹ ਵੀ ਪਤਾ ਲੱਗ ਗਿਆ ਹੁਣ ਅਬੂਲ ਫਜ਼ਲ ਨੇ ਕਿਤਾਬ ਲਿਖੀ ਜਿਹਦਾ ਨਾਮ ਸੀ ਬੱਚੋ ਅਕਬਰਨਾਮਾ ਜਿਹਦਾ ਨਾਮ ਕੀ ਸੀ ਅਕਬਰਨਾਮਾ ਇਸ ਅਕਬਰਨਾਮਾ ਨੂੰ ਅਕਬਰ ਦੀ ਆਟੋ ਬਾਇਓਗ੍ਰਾਫੀ ਬੋਲਿਆ ਜਾਂਦਾ ਜੀ ਆਟੋ ਸੌਰੀ 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 ਬਾਇਓਗ੍ਰਾਫੀ ਅਕਬਰ ਦੀ ਕੀ ਬੋਲਿਆ ਜਾਂਦਾ ਬਾਇਓਗ੍ਰਾਫੀ ਬੋਲਿਆ ਜਾਂਦਾ ਜੀ ਬਾਇਓਗ੍ਰਾਫੀ ਨੂੰ ਪੰਜਾਬੀ ਚ ਕੀ ਕਹਿੰਦੇ ਆ ਸੀ ਬਾਇਓਗ੍ਰਾਫੀ ਨੂੰ ਬਈ ਦੋਸਤੋ ਪੰਜਾਬੀ ਚ ਕਹਿੰਦੇ ਜੀਵਨੀ ਅਕਬਰ ਦੀ ਜੀਵਨੀ ਬੋਲਿਆ ਜਾਂਦਾ ਇਸ ਅਕਬਰਨਾਮਾ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜੀ ਇਸ ਅਕਬਰਨਾਮਾ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਇਹਦੇ ਪਹਿਲੇ ਭਾਗ ਦੇ ਵਿੱਚ ਜਿਹੜੇ ਮੁਗਲ ਨੇ ਜਿਹੜੇ ਪੁਰਾਣੇ ਮੁਗਲ ਨੇ ਜਿਹੜੇ ਭਾਈ ਅਕਬਰ ਦੇ ਵੱਡੇ ਬਜ਼ੁਰਗ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਜੀ 2 ਨੰਬਰ ਪਾਰਟ ਦੇ ਵਿੱਚ ਅਕਬਰ ਦੇ ਸਮੇਂ ਤੇ ਕਿਸ ਤਰੀਕੇ ਦਾ ਰਾਜ ਚੱਲਦਾ ਸੀ ਅਕਬਰ ਦੇ ਰਾਜ ਦੇ ਵਿੱਚ ਕੀ ਕੁਝ ਹੁੰਦਾ ਸੀ ਉਹ 2 ਨੰਬਰ ਪਾਰਟ ਦੇ ਵਿੱਚ ਲਿਖਿਆ ਹੋਇਆ ਹੈ ਜੀ ਤੀਜੇ ਨੰਬਰ ਪਾਰਟ ਦੇ ਵਿੱਚ ਅਬੁਲ ਫਜ਼ਲ ਨੇ ਜੋ ਆਪਦੇ ਅੱਖਾਂ ਨਾਲ ਵੇਖਿਆ ਆਪਦੀ ਜ਼ਿੰਦਗੀ ਦੇ ਵਿੱਚ ਆਪਦੀ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਬੀਤੀਆਂ ਜੋ ਘਟਨਾਵਾਂ ਬੀਤੀਆਂ ਆਪਦੇ ਬਾਰੇ ਲਿਖਤਾ ਪਈ ਅਬੁਲ ਫਜ਼ਲ ਨੇ ਇਸ ਤੀਜੇ ਪਾਰਟ ਨੂੰ ਨਾਮ ਦਿੱਤਾ ਜਾਂਦਾ ਜੀ ਆਇਨ-ਏ-ਅਕਬਰੀ ਦਾ ਇਸ ਤੀਜੇ ਪਾਰਟ ਨੂੰ ਨਾਮ ਦਿੱਤਾ ਜਾਂਦਾ ਬੱਚੋ ਆਇਨ ਏ ਅਕਬਰੀ ਦਾ ਹੁਣ ਗੱਲ ਕਲੀਅਰ ਹੋਈ ਆਇਨ ਐ ਅਕਬਰੀ ਤੇ ਅਕਬਰਨਾਮਾ ਇੱਕੋ ਹੀ ਕਿਤਾਬ ਦਾ ਨਾਮ ਆ ਬਸ ਉਹ ਤੀਜੇ ਪਾਰਟ ਨੂੰ ਆਇਨ ਐ ਅਕਬਰੀ ਬੋਲ ਦਿੰਦੇ ਆ ਕਿਉਂਕਿ ਜਿਹੜੀ ਉਰਦੂ ਭਾਸ਼ਾ ਹੈ ਉਹਦੇ ਵਿੱਚ ਜਾਂ ਫਾਰਸੀ ਭਾਸ਼ਾ ਹੈ ਉਹਦੇ ਵਿੱਚ ਆਇਨ ਦਾ ਮਤਲਬ ਹੁੰਦਾ ਜੀ ਸ਼ੀਸ਼ਾ ਆਇਨ ਦਾ ਮਤਲਬ ਕੀ ਹੁੰਦਾ ਜੀ ਸ਼ੀਸ਼ਾ ਗਲੀ ਦੇ ਮੁੰਡੇ ਝੂਠੇ ਨੇ ਜਮੇ ਸੱਚੀ ਹੋ ਜਵਨ ਕੁੜੀ ਨੇ ਪੁੱਛਿਆ ਸ਼ੀਸ਼ੇ ਤੋਂ ਇੱਕ ਸਵਾਲ ਹਣਾ ਚਲੋ ਅਗਲੇ ਕੁਐਸਚਨ ਦੇ ਵੱਲ ਚੱਲਦੇ ਆ ਭਾਈ ਅਗਲਾ ਸਵਾਲ ਵੇਖਦੇ ਆ ਕੀ ਕਹਿੰਦਾ ਕਹਿੰਦੇ ਹਰ ਸੰਸਦੀ ਮੀਟਿੰਗ ਦਾ ਜਿਹੜਾ ਪਹਿਲਾ ਘੰਟਾ ਹੁੰਦਾ ਫਰਸਟ ਆਵਰ ਹੁੰਦਾ ਬੱਚੋ ਉਹ ਕੀ ਹੁੰਦਾ ਜੀ ਜਿਹੜਾ ਪਹਿਲਾ ਘੰਟਾ ਹੁੰਦਾ ਪਿਆਰੇ ਦੋਸਤੋ ਪਹਿਲਾ ਆਵਰ ਹੁੰਦਾ ਉਹ ਕਾਦਾ ਹੁੰਦਾ ਜੀ ਪੁਆਇੰਟ ਆਫ ਆਰਡਰ ਦਾ ਜਾਂ ਡਿਸਕਸ਼ਨ ਔਨ ਮਨੀ ਬਿਲ ਦਾ ਜਾਂ ਕੁਐਸਚਨ ਆਵਰ ਹੁੰਦਾ ਜਾਂ ਫਿਰ ਜ਼ੀਰੋ ਆਵਰ ਹੁੰਦਾ ਕੀ ਹੁੰਦਾ ਪਿਆਰੇ ਦੋਸਤੋ ਦੱਸੋ ਸ਼ਾਬਾਸ਼ ਇੱਕ ਵਾਰੀ ਕਲਾਸ ਦਾ ਲਿੰਕ ਸ਼ੇਅਰ ਕਰ ਦਿਓ ਯਾਰ ਜਿਹਨਾਂ ਨੇ ਨਹੀਂ ਕੀਤਾ ਭਾਈ ਤੁਸੀਂ ਵੀ ਕਰਿਓ ਤੇ ਅੱਜ ਮੈਂ ਵੀ ਰਹਿ ਗਿਆ ਯਾਰ ਕਲਾਸ ਦਾ ਲਿੰਕ ਮੈਥੋਂ ਵੀ ਨਹੀਂ ਸ਼ੇਅਰ ਹੋਇਆ ਨਾ ਚਲੋ ਸ਼ਾਬਾਸ਼ 1 ਸੈਕਿੰਡ 1 ਸੈਕਿੰਡ ਜਸਟ 1 ਸੈਕਿੰਡ ਬੱਚੋ 1 ਸੈਕਿੰਡ ਵਾਂਸ ਅਗੇਨ ਚਲੋ ਜੀ ਚਲੋ ਡਨ ਹੋ ਗਿਆ ਜੀ ਚਲੋ ਸਰ ਹਰ ਸੰਸਦੀ ਮੀਟਿੰਗ ਦਾ ਪਹਿਲਾ ਘੰਟਾ ਕੀ ਹੁੰਦਾ ਜੀ ਪਹਿਲੇ ਘੰਟੇ ਦੇ ਵਿੱਚ ਕਹਿੰਦੇ ਅੱਗੇ ਕੀ ਕਰਨਾ ਹੁੰਦਾ ਭਾਈ ਕੰਮ ਕਰਨਾ ਹੁੰਦਾ ਜੋ ਆਪਾਂ ਕਿਤੇ ਜਾਣਦੇ ਆ ਜੋ ਕੰਮਤ ਹੁੰਦੇ ਜਾਣਦੇ ਆ ਨਾ ਆਪਾਂ ਖੇਤ ਜਾਣਦੇ ਆ ਖੇਤ ਜਾਣ ਸਰ ਕਦੇ ਐ ਤਾਂ ਨਹੀਂ ਹੋਇਆ ਵੀ ਯਾਰ ਇੱਕ ਵਾਰੀ ਖੇਤ ਪਹੁੰਚ ਜੀਏ ਤੇ ਨਰਮਾ ਗੁੱਡਣ ਜਾਣਾ ਮੰਨ ਲਓ ਆਪਾਂ ਪਹਿਲੇ ਸਵੇਰ ਸਵੇਰ ਉੱਠ ਕੇ ਨਰਮਾ ਗੁੱਡਣ ਜਾਣਾ ਤੇ ਤਰਕਿ ਤਰਕ ਉੱਠਣ ਤੋਂ ਬਾਅਦ ਆਪਾਂ ਘਰੋਂ ਗਾ ਗਏ ਆ ਖਾ ਪੀ ਕੇ ਰੋਟੀਆਂ ਰੋਟੀਆਂ ਵਧੀਆ ਖਾ ਪੀ ਕੇ ਲੱਸੀ ਲੂਸੀ ਪੀ ਕੇ ਗਲਾਸ ਪੀ ਕੇ ਗਏ ਆ ਤੇ ਜਾ ਕੇ ਨਰਮਾ ਗੁੱਡਣ ਜਾਣਾ ਹੁਣ ਕਸਿਆ ਮੋਢੇ ਤੇ ਆ ਜਾਣ ਸਰ ਬੰਦਾ ਕੀ ਕਰੂਗਾ ਭਾਈ ਜਾਣ ਸਰ ਦੁਬਾਰਾ ਤੋਂ ਰੋਟੀਆਂ ਤੇ ਬਹਿ ਜੂਗਾ ਜਾਂ ਇਹ ਕਹੂਗਾ ਘੰਟਾ ਤੱਕ ਬਹਿ ਜੀਏ ਅਰੇਸਟ ਕਰ ਲੀਏ ਫੇਰ ਖਾਵਾਂਗੇ ਔਰ ਸੋਰੀ ਫੇਰ ਨਰਮਾ ਗੁੱਡਾਂਗੇ ਭਾਈ ਕੀਤਾ ਕੀ ਹੈ ਅਰੇਸਟ ਕਰਨ ਨੂੰ ਐਦਾਂ ਹੀ ਕਹਨੇ ਕੀ ਕਰਨੀ ਫਿਰ ਗਰਮੀ ਉੱtre ਹੋਊਗੀ ਤੇ ਹੁਣ ਜਦੋਂ ਜਿਹੜੇ ਪਾਰਲੀਮੈਂਟ ਦੇ ਵਿੱਚ ਲੋਕ ਜਾਂਦੇ ਨੇ ਜਿਹੜੇ ਐਮ 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 ਪੀ ਜਾਂਦੇ ਨੇ ਸਾਡੇ ਉਹਨਾਂ ਐਮ ਪੀਆਂ ਦਾ ਕੰਮ ਕੀ ਹੁੰਦਾ ਜੀ ਸਵਾਲ ਪੁੱਛਣਾ ਤੇ ਜਾਣ ਸਾਰੋ ਕੀ ਕਰਦੇ ਆ ਭਾਈ ਉਹ ਕੁਐਸਚਨ ਕਰਦੇ ਆ ਜੀ ਕੀ ਕਰਦੇ ਆ ਬੱਚੋ ਨਰਮਾ ਗੁੜਦੇ ਆ ਜਾ ਕੇ ਯਾਨੀ ਕਿ ਕੁਐਸਚਨ ਕਰਦੇ ਆ ਜੀ ਗੱਲ ਕਲੀਅਰ ਪਹਿਲਾ ਘੰਟਾ ਕਿਹੜਾ ਹੁੰਦਾ ਜੀ ਕੁਐਸਚਨ ਆਵਰ ਬੋਲਿਆ ਜਾਂਦਾ ਪਹਿਲਾ ਆਵਰ ਹੁੰਦਾ ਪਹਿਲਾ ਘੰਟਾ ਉਹਨਾਂ ਨੂੰ ਕੁਐਸਚਨ ਆਵਰ ਬੋਲਿਆ ਜਾਂਦਾ ਹੁਣ ਇੱਕ ਘੰਟਾ ਜਦੋਂ ਨਰਮਾ ਗੁੜਦੇ ਆਪਾਂ ਜਦੋਂ ਹੁਣ ਆਪਾਂ ਇੱਕ ਘੰਟਾ ਨਰਮਾ ਗੁੜਦੇ ਆ ਜੀ ਆ ਸਰੀਰ ਦੀ એનર્ਜੀ ਜਮਾ ਨਹੀਂ ਰਹੀ ਸਰੀਰ ਦੀ ਹੁਣ એનર્ਜੀ ਹੁਣ ਤਾਂ ਜਮਾ 0 ਹੋ ਚੁੱਕੀ ਹੈ ਹੁਣ 1 ਘੰਟਾ ਬਹਿ ਜੀਏ એનર્ਜੀ 0 ਹੋਈ ਪਈ ਹੈ 1 ਘੰਟਾ ਬਹਿ ਜੀਏ ਫਿਰ ਆਪਾਂ ਕੀ ਕਰੀਏ ਭਾਈ 0 ਹੋਈ ਪਈ ਹੈ એનર્ਜੀ ਤੇ ਇਸੇ ਤਰੀਕੇ ਨਾਲ ਕੁਐਸਚਨ ਆਵਰ ਤੋਂ ਜਸਟ ਅਗਲਾ ਘੰਟਾ ਕਿਹੜਾ ਹੁੰਦਾ ਜੀ 0 ਆਵਰ ਹੁੰਦਾ ਬੱਚੋ ਅਗਲਾ ਘੰਟਾ ਕਿਹੜਾ ਹੁੰਦਾ ਜੀ 0 ਆਵਰ ਬੋਲੇ ਹੁੰਦਾ ਜਦੋਂ ਕੁਐਸਚਨ ਆਵਰ ਤੋਂ ਬਾਅਦ ਹੁੰਦਾ ਜੀ ਚਲੋ ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ ਦੋਸਤੋ ਅਗਲਾ ਸਵਾਲ ਕੀ ਕਹਿਣਾ ਚਾਹੁੰਦਾ ਲੋ ਜੀ ਕਹਿੰਦੇ ਰਾਸ਼ਟਰੀ ਝੰਡੇ ਦੀ ਰਾਸ਼ਟਰੀ ਝੰਡੇ ਦੀ ਲੰਬਾਈ ਅਤੇ ਚੌੜਾਈ ਨੈਸ਼ਨਲ ਫਲੈਗ ਦੀ ਲੈਂਥ ਟੂ ਹਾਈਟ ਜਾਨੀ ਕਿ ਲੈਂਥ ਟੂ ਬ੍ਰੈਥ ਜਾਨੀ ਕਿ ਲੰਬਾਈ ਤੇ ਚੌੜਾਈ ਦੀ ਰੇਸ਼ਿਓ ਕੀ ਹੈ ਜੀ ਮੈਂ ਕਹਿੰਦਾ ਇਸ ਸਵਾਲ ਦਾ ਜਵਾਬ ਦੇਣ ਵਾਲੇ ਵਿਦਿਆਰਥੀ ਨੂੰ ਪੂਰੇ 157 ਡਾਲਰ ਨਗਦ ਦੇ ਨਾਮ ਮੇਰੇ ਵੱਲੋਂ ਕਾਲਪਨੀ ਗਰੁੱਪ ਚ ਹੁਣੇ ਹੀ ਦਿੱਤਾ ਜਾਏਗਾ ਜੀ ਦੱਸੋ ਕਹਿੰਦੇ ਨਰਮਾ ਕੀ ਹੁੰਦਾ ਨਰਮਾ ਉਹਨਾਂ ਨੂੰ ਕਿਵੇਂ ਦੱਸਾਂ ਭਾਈ ਕੀ ਹੁੰਦਾ ਇਹ ਨਰਮਾ ਨਰਮਾਈ ਹੁੰਦਾ ਯਾਰ ਕਾਟਨ ਕਾਟਨ ਨਹੀਂ ਸਮਝਦੇ ਕਪਾਹ ਦੇ ਤੇ ਨਰਮੇ ਦੀ ਖੇਤੀ ਹੁੰਦੀ ਹੈ ਭਾਈ ਪੰਜਾਬ ਦੀ ਉਹ ਜਾਣ ਕੇ ਚੌੜ ਕਰੀ ਜਾਂਦੇ ਹੋ ਮੇਰੇ ਨਾਲ ਸ਼ਾਬਾਸ਼ ਦਿਓ ਜਵਾਬ ਲੈਂਥ ਇਨਟੂ ਬ੍ਰੈਥ ਦੀ ਰੇਸ਼ੋ ਕੀ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਭਾਈ ਬਹੁਤ ਅੱਛੇ ਸ਼ਾਬਾਸ਼ ਲਾਜਵਾਬ ਬਹੁਤ ਜ਼ਿਆਦਾ ਵਧੀਆ ਉੱਤਰ ਆਇਆ ਜੀ ਲਗਭਗ 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 ਸਾਰੇ ਜਵਾਨ ਤਕੜੇ ਆ ਜੀ ਸਭ ਦਾ ਉੱਤਰ ਸਹੀ ਆਇਆ ਮੈਨੂੰ ਡਰ ਸੀ ਵੀ ਕੋਈ ਦੋ ਅਨਪਾਤ ਤਿੰਨ ਨਾ ਕਹਿ ਦੇ ਪਰ ਸਭਰਿਆਂ ਨੇ ਇੱਜ਼ਤ ਰੱਖ ਲਈ ਭਾਈ ਤਿੰਨ ਅਨਪਾਤ ਦੋ ਉੱਤਰ ਦੇ ਦਿੱਤਾ ਜੀ ਯਾਨੀ ਕਿ ਲੰਬਾਈ ਅਤੇ ਚੌੜਾਈ ਦੀ ਰੇਸ਼ਿਓ ਕਿੰਨੀ ਆ ਜੀ ਲੰਬਾਈ ਤੇ ਚੌੜਾਈ ਦੀ ਰੇਸ਼ਿਓ ਆ ਜੀ 3:2 ਠੀਕ ਹੈ ਜਿਹੜੀ ਆਪਣੇ ਭਾਰਤ ਦੇ ਤਿਰੰਗੇ ਦੀ ਹੈ ਜੇ ਚੌੜਾਈ ਇੱਧਰ ਆ ਜਾਂਦੀ ਹੈ ਫਿਰ ਦੂ ਆ ਇੱਧਰ ਆ ਜਾਂਦਾ ਜੀ ਲੰਬਾਈ ਪਿੱਛੇ ਚਲੇ ਫਿਰ ਤੀ ਆ ਉਧਰ ਚਲਾ ਜਾਂਦਾ ਕਿਉਂਕਿ ਤੀ ਆ ਲੰਬਾਗਾ ਭਾਈ ਦੂਏ ਤੋਂ ਤੀ ਆ ਲੰਬਾਗਾ ਦੂਏ ਤੋਂ ਇਹ ਟ੍ਰਿਕ ਯਾਦ ਰੱਖਿਓ ਜਿੱਧਰ ਨੂੰ ਲੰਬਾ ਲੰਬਾ ਜਾਊਗਾ ਜਿੱਧਰ ਨੂੰ ਲੰਬਾਈ ਜਾਊ ਉਹ ਉਧਰ ਨੂੰ ਤੀਆ ਲੈ ਜਾਓ ਅੱਗੇ ਪਿੱਛੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਯਾਦ ਰੱਖਿਓ ਦੋ ਤਿੰਨ ਤਾਂ ਥੋੜੇ ਯਾਦ ਰਹਿ ਜਾਊਗਾ ਜੀ ਅਗਲਾ ਕੁਐਸਚਨ ਦੇਖਦੇ ਆ ਜੀ ਕਹਿੰਦੇ ਜੀ ਲਿਖਿਆਂ ਵਿੱਚੋਂ ਕਿਹੜੀ ਸਾਈਟ ਕਿਹੜੀ ਉਹ ਜਗਾ ਬੱਚੋ ਜਿਹੜੀ ਗੌਤਮ ਬੁੱਧ ਦੇ ਜਨਮ ਦੇ ਨਾਲ ਜੁੜੀ ਹੋਈ ਹੈ ਜੀ ਗੌਤਮ ਬੁੱਧ ਦੇ ਜਨਮ ਦੇ ਨਾਲ ਜੁੜੀ ਹੋਈ ਹੈ ਮਹਾਤਮਾ ਬੁੱਧ ਸਿਧਾਰਥ ਦੇ ਨਾਮ ਦੇ ਨਾਲ ਜਿੰਨ ਜਾਣਿਆ ਜਾਂਦਾ ਸੀ ਸਿਧਾਰਥ ਦੇ ਨਾਮ ਦੇ ਨਾਲ ਜਿੰਨੂੰ ਜਾਣਿਆ ਜਾਂਦਾ ਸੀ ਉਹ ਕਿਹੜੀ ਜਗਾ ਹੈ ਪਿਆਰੇ ਦੋਸਤੋ ਜਿਹੜੀ ਭਾਈ ਉਹ ਗਿਣੀ ਜਾਂਦੀ ਹੈ ਗੌਤਮ ਬੁੱਧ ਦਾ ਜਨਮ ਕਿੱਥੇ ਹੋਇਆ ਸੀ ਬੱਚੋ ਅੱਛਾ ਬਸ਼ ਗੌਤਮ ਬੁੱਧ ਦਾ ਜਨਮ ਹੋਇਆ ਸੀ ਪਾਸ ਸਾਡੇ ਕੋਲੇ ਕਿੱਥੇ ਜੀ ਲੁੰਬੀ ਨੀ ਦੇ ਵਿੱਚ ਲੁੰਬੀ ਨੀ ਪੈਂਦੀ ਹੈ ਨੇਪਾਲ ਦੇ ਇਲਾਕੇ ਦੇ ਵਿੱਚ ਲੁੰਬੀਨੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਦੋਸਤੋ ਗੌਤਮ ਬੁੱਧ ਦਾ ਸਿਧਾਰਥ ਇਹਨਾਂ ਦੀ ਬਚਪਨ ਦਾ ਨਾਮ ਸੀ ਤੇ ਗੌਤਮ ਬੁੱਧ ਦੇ ਜਨਮ ਜਿਹੜਾ ਹੋਇਆ ਲੁੰਬੀਨੀ ਦੇ ਵਿੱਚ ਇਹਨਾਂ ਨੇ ਕਿਹੜਾ ਧਰਮ ਸ਼ੁਰੂ ਕੀਤਾ ਜੀ ਬੋਧ ਧਰਮ ਸ਼ੁਰੂ ਕੀਤਾ ਬੱਚੋ ਬੋਧ ਧਰਮ ਬੋਧ ਧਰਮ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਬੋਧ ਧਰਮ ਨੂੰ ਮੰਨਣ ਵਾਲੀ ਪਹਿਲੀ ਔਰਤ ਕੌਣ ਸੀ ਜੀ ਪਹਿਲੀ ਔਰਤ ਕੌਣ ਸੀ ਬੱਚੋ ਗੌਤ ਪਹਿਲੀ ਔਰਤ ਕੌਣ ਸੀ ਜੀ ਗੌਤਮੀ ਸੀ ਬੱਚੋ ਯਾਦ ਰੱਖਿਓ ਜੀ ਇਹਨੂੰ ਪਾਲਣ ਪੋਸ਼ਣ ਕਰਨ ਵਾਲੀ ਸੀ ਭਾਈ ਉਦੋਂ ਬਾਅਦ ਕੁਸ਼ੀਨਗਰ ਕੁਸ਼ੀਨਗਰ ਵੀ ਇੰਪੋਰਟੈਂਟ ਆ ਇੱਥੇ ਇਹਨਾਂ ਦੀ ਡੈਥ ਹੋਈ ਸੀ ਬੱਚਾ ਇੱਥੇ ਭਾਈ ਇਹਨਾਂ ਦੀ ਡੈਥ ਹੋਈ ਸੀ ਕਿਹਦੀ ਗੱਲ ਕਰ ਰਹੇ ਆਪਾਂ ਮਹਾਤਮਾ ਬੋਧੀ ਬੋਧਗਿਆ ਵੀ ਇੰਪੋਰਟੈਂਟ ਆ ਜੀ ਬੋਧਗਿਆ ਦੇ ਵਿੱਚ ਇਹਨਾਂ ਨੂੰ ਕੀ ਹੋਇਆ ਸੀ ਗਿਆਨ ਦੀ ਪ੍ਰਾਪਤੀ ਹੋਈ ਸੀ ਦੋਸਤੋ ਬੋਧਗਿਆ ਕਿੱਥੇ ਆ ਇਹ ਬਿਹਾਰ ਦੇ ਵਿੱਚ ਆ ਜੀ ਗਿਆਨ ਦੀ ਪ੍ਰਾਪਤੀ ਹੋਈ ਸੀ ਬੋਧਗਿਆ ਦੇ ਵਿੱਚ ਤੇ ਬੋਧਗਿਆ ਕਿੱਥੇ ਪੈਂਦਾ ਬਿਹਾਰ ਦੇ ਵਿੱਚ ਅੱਜ ਬਿਹਾਰ ਦਾ ਡਿਸਟ੍ਰਿਕਟ ਵੀ ਬਣ ਜਾਂਦਾ ਜੀ ਬੋਧਗਿਆ ਵੈਸੇ ਗਿਆ ਕਹਿੰਦੇ ਉਹਨੂੰ ਗਿਆ ਪਰ ਉਹ ਹੈਗਾ ਅਸਲ ਦੇ ਵਿੱਚ ਬੋਧਗਿਆ ਬਾਦਚੋ ਠੀਕ ਹੈ ਯਾਦ ਰੱਖਿਓ ਜੀ ਡੀ will be the right answer ਆਏਗਾ ਤਾਂ ਜੇ ਤੁਸੀਂ ਕਹੋਗੇ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਹੁਣ ਆਪਣੇ ਕੋਲੇ ਹੋ ਗਈ ਜੀ 3 ਪੁਆਇੰਟ ਤੇ ਅਗਲਾ ਕੁਐਸਚਨ ਚੱਲਦੇ ਆ ਏਨ ਬੇਨ ਚੇਨ ਤੇ ਗੋ ਅਗਲਾ ਸਵਾਲ ਦੇਖੋ ਵੀਰੇ ਬੰਗਲਾਦੇਸ਼ ਵਿੱਚ ਕਿਸ ਨਦੀ ਦਾ ਨਾਮ ਪਦਮਾ ਹੈ ਦੋਸਤੋ ਕਿਸ ਨਦੀ ਦਾ ਨਾਮ ਬੰਗਲਾਦੇਸ਼ ਦੇ ਵਿੱਚ ਕੀ ਹੈ ਪਦਮਾ ਹੈ ਦੋਸਤੋ ਦੱਸੋ ਕਿਹੜੀ ਨਦੀ ਦਾ ਨਾਮ ਹੈ ਸ਼ਾਬਾਸ਼ ਦੇਓ ਜਵਾਬ ਜਰਾ ਜਿਵੇਂ ਆਪਣੇ ਕੋਈ ਨਦੀ ਅਗਰ ਹਿੰਦੁਸਤਾਨ ਦੇ ਵਿੱਚ ਵਗਦੀ ਹੋ ਕਿਸੇ ਹੋਰ ਦੇਸ਼ ਦੇ ਵਿੱਚ ਚਲੀ ਜਾਵੇ ਤਾਂ ਉਹਦਾ ਨਾਮ ਬਦਲ ਜਾਂਦਾ ਇਸੇ ਤਰੀਕੇ ਨਾਲ ਤੁਹਾਡੇ ਜਦੋਂ ਜ਼ਿੰਦਗੀ ਦੇ ਵਿੱਚ ਤੁਹਾਡੇ ਜਿਹੜੇ ਹਾਲਾਤ ਨੇ ਨਾ ਉਹਨਾਂ ਹਾਲਾਤਾਂ ਨੂੰ ਵੇਖ ਕੇ ਉਹਨਾਂ ਹਾਲਾਤਾਂ ਦੇ ਹਿਸਾਬ ਦੇ ਨਾਲ ਤੇ ਸਾਹਮਣੇ ਵਾਲਿਆਂ ਦਾ ਵੀ ਨਜ਼ਰ ਨਜ਼ਰੀਆ ਸਾਹਮਣੇ ਵਾਲਿਆਂ ਦਾ ਸਾਹਮਣੇ ਵਾਲਿਆਂ ਦਾ ਬੋਲਣ ਦਾ ਤਰੀਕਾ ਸਾਹਮਣੇ ਵਾਲਿਆਂ ਦਾ ਨੇਚਰ ਸਾਹਮਣੇ ਵਾਲਿਆਂ ਦਾ ਤੁਹਾਡੇ ਪ੍ਰਤੀ ਵਿਵਹਾਰ ਉਹ ਸਾਰਾ ਕੁਝ ਬਦਲ ਜਾਂਦਾ ਜੀ ਜਦੋਂ ਤੁਹਾਡੇ ਹਾਲਾਤ ਬਦਲ ਜਾਂਦੇ ਆ ਜਦੋਂ ਤੁਹਾਡੀ ਸਥਿਤੀ ਜਦੋਂ ਤੁਹਾਡੀ ਪਰਿਸਥਿਤੀ ਬਦਲ ਜਾਂਦੀ ਹੈ ਦੋਸਤੋ ਬੰਗਲਾਦੇਸ਼ ਵਿੱਚ ਕਿਹੜੀ ਨਦੀ ਦਾ ਨਾਮ ਪਦਮਾ ਜੀ ਉਹ ਨਦੀ ਆ ਬੱਚੋ ਸਾਡੇ ਕੋਲੇ ਗੰਗਾ ਜਿਹੜੀ ਸਾਡੇ ਦੇਸ਼ ਦੀ ਪਵਿੱਤਰ ਨਦੀ ਮੰਨੀ ਜਾਂਦੀ ਹੈ ਗੰਗਾ ਦੇ ਕਿਨਾਰੇ ਵਸੇ ਹੋਏ ਸ਼ਹਿਰ ਹਰਦਵਾਰ ਇੰਪੋਰਟੈਂਟ ਆ ਜੀ ਹਰਿਦਵਾਰ ਯਾਦ ਰੱਖਿਓ ਗੰਗਾ ਤੇ ਯਮੁਨਾ ਇਹ ਦੋ ਨਦੀਆਂ ਜਿਹੜੀਆਂ ਯੂਪੀ ਦੇ Allahabad ਦੇ ਵਿੱਚ ਯੂਪੀ ਦੇ ਯਾਨੀ ਕਿ ਪ੍ਰਯਾਗ ਰਾਜ ਦੇ ਵਿੱਚ ਜਾ ਕੇ ਮਿਲਦੀਆਂ ਪਿਆਰੇ ਦੋਸਤੋ ਇਹ ਵੀ ਇੰਪੋਰਟੈਂਟ ਹੈ ਜੀ ਯੂਪੀ ਦੇ ਪ੍ਰਯਾਗ ਰਾਜ ਦੇ ਵਿੱਚ ਇਹ ਦੋਵੇਂ ਨਦੀਆਂ ਜਾ ਕੇ ਮਿਲਦੀਆਂ ਭਾਈ ਗੰਗਾ ਤੇ ਯਮੁਨਾ ਅਗਲਾ ਕੁਐਸਚਨ ਜਰਾ ਵੇਖੋ ਜੀ ਕਹਿੰਦੇ ਮੰਤਰੀ ਮੰਡਲ ਸਮੂਹਕ ਤੌਰ ਤੇ ਜ਼ਿੰਮੇਵਾਰ ਕਿਨੂੰ ਹੁੰਦਾ ਜੀ ਮੰਤਰੀ ਮੰਡਲ ਸਮੂਹਕ ਤੌਰ ਤੇ ਜਿਹੜੀ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ ਨਾ ਕੈਬਨਟ ਦੀ ਪਹਿਲਾਂ ਤਾਂ ਇਹ ਪਤਾ ਵੀ ਜਿਹੜੀ ਸਾਡੇ ਕੋਲੇ ਕੈਬਨਟ ਆ ਜੀ ਕੈਬਨਟ ਮਨਿਸਟਰਸ ਨੇ ਜਿਹੜੇ ਕੈਬਿਨੇਟ ਮਨਿਸਟਰਸ ਨੇ ਉਹ ਪੋਸਟ ਕੀਦੇ ਤੋਂ ਲੈ ਕੇ ਆਏ ਆ ਉਹ ਯੂਕੇ ਦੇ ਸੰਵਿਧਾਨ ਤੋਂ ਦੇਖ ਕੇ ਅਸੀਂ ਭਾਈ ਕੌਂਸਲ ਆਫ ਮਨਿਸਟਰ ਦੀ ਗੱਲ ਕੀਤੀ ਆ ਸਾਡੇ ਦੇਸ਼ ਦੇ ਸੰਵਿਧਾਨ 'ਚ ਜੇ ਅਸੀਂ ਕੌਂਸਲ ਆਫ ਮਨਿਸਟਰ ਦਾ ਪ੍ਰਾਵਿਧਾਨ ਪਾਇਆ ਹੈ ਤਾਂ ਅਸੀਂ ਪਹਿਲਾਂ ਯੂਕੇ ਯਾਨੀ ਕਿ ਇੰਗਲੈਂਡ ਦਾ ਸੰਵਿਧਾਨ ਦੇਖਿਆ ਬ੍ਰਿਟੇਨ ਦਾ ਸੰਵਿਧਾਨ ਦੇਖਿਆ ਤੇ ਫਿਰ ਪਾਇਆ ਭਾਈ ਆਪਾਂ ਮੰਤਰੀ ਮੰਡਲ ਸਮੂਹ ਤੌਰ ਤੇ ਕਿਸ ਨੂੰ ਜ਼ਿੰਮੇਵਾਰ ਹੈ ਬੱਚਾ ਇਹ ਹੈਗਾ ਜੀ ਜ਼ਿੰਮੇਵਾਰ ਪਿਆਰੇ ਦੋਸਤੋ ਸਾਥੀਓ ਇਹ ਹੈ ਜੀ ਲੋਕ ਸਭਾ ਨੂੰ ਲੋਕ ਸਭਾ ਨੂੰ ਜ਼ਿੰਮੇਵਾਰ ਹੈ ਜੀ ਲੋਕ ਸਭਾ ਨੂੰ ਸੀ ਵਿਲ ਬੀ ਦਾ ਰਾਈਟ ਆਨਸਰ ਪਿਆਰੇ ਦੋਸਤੋ ਲੋਕ ਸਭਾ ਨੂੰ ਜ਼ਿੰਮੇਵਾਰ ਹੈ ਮੰਤਰੀ ਮੰਡਲ ਜੇ ਕਦੇ ਵੀ ਪੁੱਛੇ ਕੱਲਾ ਮੰਤਰੀ ਕਿਹਨੂੰ ਜ਼ਿੰਮੇਵਾਰ ਹੈ ਕੱਲਾ ਮੰਤਰੀ ਕਿਹਨੂੰ ਜਵਾਬ ਦੇ ਹੁੰਦਾ ਤਾਂ ਪ੍ਰੈਜ਼ੀਡੈਂਟ ਕਹੇਗਾ ਸਾਬ ਉਹ ਕੱਲਾ ਮੰਤਰੀ ਪਰ ਜੋ ਕਲੈਕਟਿਵ ਕਹੂਗਾ ਨਾ ਸਾਰੇ ਮੰਤਰੀ ਹੀ ਕਿਹਨੂੰ ਜ਼ਿੰਮੇਵਾਰ ਨੇ ਜੀ ਉਹਦੇ ਵਿੱਚ ਭਾਈ ਉੱਤਰ ਆਊਗਾ ਆਪਣੇ ਕੋਲੇ ਕਿ ਲੋਕ ਸਭਾ ਬਸ ਅਗਰੇ ਕੁਐਸਚਨ ਦੇ ਵੱਲ ਚੱਲਦੇ ਹਾਂ ਜੀ ਅਗਲਾ ਕੁਐਸਚਨ ਦੇਖੋ ਕਹਿੰਦੇ ਹੇਠਾਂ ਵਿੱਚੋਂ ਜਿਹੜੇ ਹੇਠਾਂ ਦਿੱਤੇ ਹੋਏ ਕਿਸ ਰਾਸ਼ਟਰਪਤੀ ਨੇ ਇੱਕ ਸ਼ਕਤੀ ਦਾ ਪ੍ਰਯੋਗ ਕੀਤਾ ਸੀ ਜਿਸ ਨੂੰ ਸੰਵਿਧਾਨਿਕ ਸ਼ਬਦਾਵਲੀ ਚ ਪਾਕਟ ਵਿਟੋ ਬੋਲਿਆ ਜਾਂਦਾ ਜੀ ਪਾਕਟ ਵਿਟੋ ਕੀ ਹੁੰਦੀ ਹੈ ਜਦੋਂ ਕੋਈ ਬਿੱਲ ਹੁੰਦਾ ਜੀ ਦੇਖੋ ਪਹਿਲਾਂ ਕੀ ਹੁੰਦਾ ਬਿੱਲ ਹੁੰਦਾ ਉਸ ਬਿੱਲ ਨੂੰ ਸੰਸਦ ਦੇ ਵਿੱਚ ਕਮਾਇਆ ਜਾਂਦਾ ਪਾਸ ਕੀਤਾ ਜਾਂਦਾ ਮжоਰਿਟੀ ਦੇ ਨਾਲ ਕਿਸੇ ਵਾਸਤੇ ਸਿੰਪਲ ਚਾਹੀਦੀ ਆ ਕਿਸੇ ਵਾਸਤੇ ਸਪੈਸ਼ਲ ਮжоਰਿਟੀ ਚਾਹੀਦੀ ਆ ਉਹ ਪਹਿਲਾਂ ਬਿੱਲ ਇੱਕ ਕਾਗਜ਼ ਦੇ ਉੱਪਰ ਸਾਰੀਆਂ ਸ਼ਰਤਾਂ ਸਾਰੀਆਂ ਗੱਲਾਂ ਬਾਤਾਂ ਲਿਖੀਆਂ ਹੋਈ ਉਹ ਬਿੱਲ ਆ ਜੀ ਜਦੋਂ ਉਹ ਸਾਰੀ ਸੰਸਦ ਦੇ ਵਿੱਚ ਘੁੰਮ ਗਿਆ ਦੋਨੇ ਹਾਊਸਾਂ ਦੇ ਵਿੱਚ ਘੁੰਮ ਗਿਆ ਘੁੰਮਣ ਤੋਂ ਬਾਅਦ ਜਦੋਂ ਚਲਿਆ ਗਿਆ ਭਾਈ ਉਹ ਰਾਸ਼ਟਰਪਤੀ ਕੋਲੇ ਤਾਂ ਰਾਸ਼ਟਰਪਤੀ ਉਤੇ ਸਾਈਨ ਕਰ ਦੂਗਾ ਉਦੋਂ ਬਣ ਗਿਆ ਜੀ ਕਾਨੂੰਨ ਉਦੋਂ ਪਹਿਲਾਂ ਕੀ ਹੈ ਜਦੋਂ ਪਹਿਲਾਂ ਬਿੱਲ ਆਹੋ ਬਿੱਲ ਤੋਂ ਬਾਅਦ ਬਣ ਗਿਆ ਐਕਟ ਯਾਨੀ ਕਿ ਬਣ ਗਿਆ ਕਾਨੂੰਨ ਦੋਸਤੋ ਲਾ ਬਣ ਗਿਆ ਹੁਣ ਰਾਸ਼ਟਰਪਤੀ ਕੋਲੇ ਇੱਕ ਇਦਾਂ ਦੀ ਪਾਵਰ ਆ ਰਾਸ਼ਟਰਪਤੀ ਚਾਵੇ ਤਾਂ ਉਸ ਬਿੱਲ ਨੂੰ ਭਾਈ ਤੈ ਮਾਰ ਕੇ ਚੰਗੀ ਤਰ੍ਹਾਂ ਨਾ ਜੇਬ ਦੇ ਵਿੱਚ ਰੱਖ ਸਕਦਾ ਤੇ ਉਹਦੀ ਮਰਜ਼ੀ ਆ ਕਿੰਨਾ ਮਰਜ਼ੀ ਟਾਈਮ ਰੱਖੀ ਰੱਖੇ ਉਹਦੀ ਮਰਜ਼ੀ ਆ ਜੀ ਕਿੰਨਾ ਮਰਜ਼ੀ ਟਾਈਮ ਰੱਖੀ ਰੱਖੇ ਭਾਈ ਆਪਦੀ ਜੇਬ ਦੇ ਵਿੱਚ ਉਹ ਬਿੱਲ ਭਾਈ ਜੇਬ ਦੇ ਵਿੱਚ ਰੱਖ ਲੂਗਾ ਉਹਨੂੰ ਕਹਿੰਦੇ ਆ ਜੀ ਪੌਕਟ ਵਿਟੋ ਕੀ ਕਹਿੰਦੇ ਆ ਬੱਚੋ ਪੌਕਟ ਵਿਟੋ ਕਹਿੰਦੇ ਆ ਉਸ ਬਿੱਲ ਤੇ ਉਹਨੇ ਕੋਈ ਹਾਂ ਕੋਈ ਨਾ ਕੁਛ ਨਹੀਂ ਕੀਤਾ ਉਹਨੂੰ ਰੋਕ ਕੇ ਰੱਖ ਲਿਆ ਭਾਈ ਉਹਨੂੰ ਪੌਕਟ ਵਿਟੋ ਕਿਹਾ ਜਾਂਦਾ ਇਹ ਗਿਆਨੀ ਜੈਲ ਸਿੰਘ ਨੇ ਕੀਤਾ ਸੀ ਭਾਈ ਕਮ ਕਿਸ ਨੇ ਬੱਚਾ ਇਹ ਗਿਆਨੀ ਜੈਲ ਸਿੰਘ ਨੇ ਕੰਮ ਕੀਤਾ ਸੀ 1987 ਤੋਂ ਲੈ ਕੇ 1992 ਤੱਕ ਜਿਹੜਾ ਹੈ ਇਹ ਬਿੱਲ ਭਾਈ ਪਾਕਟ ਵਿਟੋ ਦੇ ਨਾਲ ਪਿਆਰਿਆ ਬਿੱਲ ਕਿਹੜਾ ਸੀ ਇਹ ਪੋਸਟ ਆਫਿਸ ਇੰਡੀਅਨ ਪੋਸਟ ਆਫਿਸ ਦਾ ਬਿੱਲ ਸੀ ਬੱਚੋ ਇਹ ਪੋਸਟ ਆਫਿਸ ਦੇ ਨਾਲ ਰਿਲੇਟਡ ਬਿੱਲ ਸੀਗਾ ਜੀ ਇੰਡੀਅਨ ਪੋਸਟ ਆਫਿਸ ਦੇ ਨਾਲ ਰਿਲੇਟਡ ਬਿੱਲ ਸੀਗਾ ਇਸ ਇੰਡੀਅਨ ਪੋਸਟ ਆਫਿਸ ਦੇ ਬਿੱਲ ਨੂੰ ਭਾਈ 5 ਸਾਲ ਪਾਕਟ ਵਿਟੋ ਦਾ ਇਸਤੇਮਾਲ ਕੀਤਾ ਗਿਆ ਯਾਨੀ ਗਿਆਨੀ ਜੈਲ ਸਿੰਘ ਦੁਆਰਾ ਇਹ ਫਰਸਟ ਸਿੱਖ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਨੇ ਗਿਆਨੀ ਜੈਲ ਸਿੰਘ ਪਿਆਰੇ ਦੋਸਤੋ ਯਾਦ ਰੱਖਿਓ ਜੀ ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ ਜੀ ਅਗਲਾ ਸਵਾਲ ਚਲੋ ਭਾਈ ਕੀ ਹੋ ਗਿਆ ਚਲੋ ਜੀ ਕਹਿੰਦੇ ਬਾਲ ਗੰਗਾਧਰ ਤਿਲਕ ਨੂੰ ਭਾਰਤੀ ਅਸ਼ਾਂਤੀ ਦਾ ਪਿਤਾ ਮਾ ਕਿਸ ਨੇ ਕਿਹਾ ਸੀ ਦੱਸੋ ਭਾਰਤੀ ਅਸ਼ਾਂਤੀ ਦਾ ਫਾਦਰ ਆਫ ਅਨਰਸਟ ਫਾਦਰ ਆਫ ਅਨਰਸਟ ਕਿਸ ਨੇ ਕਿਹਾ ਸੀ ਬਾਲ ਗੰਗਾਧਰ ਤਿਲਕ ਨੂੰ ਪਿਆਰੇ ਦੋਸਤੋ ਸ਼ਾਬਾਸ਼ ਦਿਓ ਜਵਾਬ ਜਰਾ ਅਨ ਵੈਰੀ ਗੁੱਡ ਸ਼ਾਬਾਸ਼ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਇਸ ਸਵਾਲ ਦਾ ਜਵਾਬ ਆਏਗਾ ਸਾਡੇ ਕੋਲੇ ਵੈਲੈਂਟਾਈਨ ਚੀਰੋਲ ਵੈਲੈਂਟਾਈਨ ਚੀਰੋਲ ਨੇ ਭਾਈ ਭਾਰਤੀ ਅਸ਼ਾਂਤੀ ਦਾ ਪਿਤਾਵਾ ਕਿਹਾ ਸੀ ਕਿਸ ਨੂੰ ਬਾਲ ਗੰਗਾਧਰ ਤਿਲਕ ਨੂੰ ਪਿਆਰੇ ਦੋਸਤੋ ਬਾਲ ਗੰਗਾਧਰ ਤਿਲਕ ਨੂੰ ਵੈਲੈਂਟਾਈਨ ਚੀਰੋਲ ਨੇ ਕਿਹਾ ਸੀ ਭਾਰਤੀ ਅਸ਼ਾਂਤੀ ਦਾ ਪਿਤਾਵਾ ਮਨੀ ਬਿਲ ਦੀ ਪਰਿਭਾਸ਼ਾ ਭਾਰਤ ਦੇ ਸੰਵਿਧਾਨ ਦੇ ਕਿੰਨੇਵੇਂ ਆਰਟੀਕਲ ਦੇ ਦਿੱਤੀ ਹੋ ਜਾਂ ਮੈਂ ਕਹਿੰਨਾ ਥੋੜਾ ਜਿਹਾ ਸੋਚ ਕੇ ਸਮਝ ਕੇ ਚਲਿਓ ਇਹ ਸਵਾਲ ਪੱਕਾ ਫਸਾਊਗਾ ਤੁਹਾਨੂੰ ਇਹ ਸਵਾਲ ਤੁਹਾਨੂੰ ਪੱਕਾ ਫਸਾਊਗਾ ਥੋੜਾ ਜਿਹਾ ਸੋਚ ਸਮਝ ਕੇ ਸਹੀ ਤਰੀਕੇ ਨਾਲ ਮੈਂ ਕਹਿੰਨਾ ਫੂਕ ਫੂਕ ਕੇ ਪੈਰ ਰੱਖਿਓ ਇਹ ਕੁਐਸਚਨ ਪੱਕਾ ਫਸਾਊਗਾ ਗਾਰੰਟੀ ਦਿਨਾ ਲਿਖ ਕੇ ਦਿਨਾ ਜੀ ਲਿਖ ਕੇ ਦੱਸੋ ਕੀ ਆਏਗਾ ਦੇਖੋ ਕੀ ਪੁੱਛਿਆ ਡੈਫੀਨੇਸ਼ਨ ਪੁੱਛਿਆ ਹੁਣ ਮਨੀ ਬਿੱਲ ਜਿਹੜਾ ਹੈ ਪਹਿਲਾਂ ਤਾਂ ਆਪਾਂ ਬਿੱਲ ਦੀ ਗੱਲ ਕਰਦੇ ਆ ਪਹਿਲਾਂ ਆਪਾਂ ਬਿੱਲ ਦੀ ਗੱਲ ਕਰਦੇ ਆ ਕਿੰਨੇ ਕਿੰਨੇ ਕੁਐਸਚਨ ਬੰਦੇ ਆ ਜਿਹੜਾ ਬਿੱਲ ਸਾਡੇ ਕੋਲ ਚਾਰ ਟਾਈਪਸ ਦਾ ਹੁੰਦਾ ਜੀ ਕਿੰਨੇ ਟਾਈਪਸ ਦਾ ਬੱਚੋ ਚਾਰ ਟਾਈਪਸ ਦਾ ਬਿੱਲ ਹੁੰਦਾ ਜੀ ਚਾਰ ਪ੍ਰਕਾਰ ਦਾ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੁੰਦਾ ਜੀ ਆਰਡੀਨਰੀ ਬਿੱਲ ਆਰਡੀਨਰੀ ਬਿੱਲ ਆਰਟੀਕਲ ਨੰਬਰ 107 ਦੇ ਵਿੱਚ ਹੁੰਦਾ ਆਰਡੀਨਰੀ ਬਿੱਲ ਤੋਂ ਬਾਅਦ ਸਾਡੇ ਕੋਲੇ ਹੁੰਦਾ ਪਿਆਰੇ ਬੱਚੋ ਮਨੀ ਬਿੱਲ ਮਨੀ ਬਿੱਲ ਨੂੰ ਮੈਂ ਸਾਈਡ ਤੇ ਰੱਖੂੰਗਾ ਠੀਕ ਆ ਜੀ ਉਸ ਤੋਂ ਬਾਅਦ ਸਾਡੇ ਕੋਲੇ ਹੁੰਦਾ ਜੀ ਫਾਈਨੈਂਸ਼ੀਅਲ ਬਿੱਲ ਕਿਹੜਾ ਬਿਲ ਬੱਚੋ ਫਾਈਨੈਂਸ਼ੀਅਲ ਬਿਲ ਆਰਟੀਕਲ ਨੰਬਰ 117 ਦੇ ਵਿੱਚ ਉਹਦੋਂ ਬਾਅਦ ਹੁੰਦਾ ਜੀ ਸਾਡੇ ਕੋਲੇ ਅਮੈਂਡਮੈਂਟ ਬਿਲ ਅਮੈਂਡਮੈਂਟ ਬਿਲ ਕਿੰਨੇ ਨੰਬਰ ਆਰਟੀਕਲ ਦੇ ਵਿੱਚ 368 ਨੰਬਰ ਆਰਟੀਕਲ ਦੇ ਵਿੱਚ ਹੁਣ ਮਨੀ ਬਿਲ ਦੀ ਗੱਲ ਕਰੀਏ ਤਾਂ ਮਨੀ ਬਿਲ ਆਰਟੀਕਲ ਨੰਬਰ 109 ਤੇ ਆਰਟੀਕਲ ਨੰਬਰ 110 ਦੇ ਵਿੱਚ ਆਉਂਦਾ ਜੀ ਮਨੀ ਬਿਲ ਕਿਹੜੇ ਆਰਟੀਕਲ ਚ 109 ਤੋਂ 110 ਦੇ ਵਿੱਚ 109 ਨੰਬਰ ਆਰਟੀਕਲ ਦੇ ਵਿੱਚ ਮਨੀ ਬਿਲ ਦਾ ਪ੍ਰੋਸੈਸ ਲਿਖਿਆ ਹੋਇਆ ਹੈ ਜੀ ਕੀ ਲਿਖਿਆ ਬੱਚੋ ਪ੍ਰੋਸੈਸ 110 ਦੇ ਵਿੱਚ ਕੀ ਲਿਖਿਆ ਮਨੀ ਬਿਲਦੀ ਡੈਫੀਨੇਸ਼ਨ ਲਿਖੀ ਹੋਈ ਹੈ ਪਿਆਰੇ ਦੋਸਤੋ ਤੇ ਉਨ ਉੱਪਰ ਦੇਖੋ ਕੁਸ਼ਚਨ ਚ ਕੀ ਪੁੱਛਿਆ ਪ੍ਰੋਸੈਸ ਪੁੱਛਿਆ ਗਿਆ ਡੈਫੀਨੇਸ਼ਨ ਸਦੀ ਡੈਫੀਨੇਸ਼ਨ ਪੁੱਛਿਆ ਬਸ ਜਿੱਥੇ 110 ਹੈ ਉੱਥੇ ਤੀਰ ਲਾ ਦਿਓ ਬਾਕੀ ਸਭ ਕੁਝ ਠੀਕ ਹੈ ਜੀ ਬਾਕੀ ਸਭ ਕੁਝ ਠੀਕ ਹੈ ਪਿਆਰੇ ਦੋਸਤੋ ਉੱਤਰ ਆਪਣੇ ਕੋਲੇ ਕੀ ਆ ਗਿਆ ਜੀ ਉੱਤਰ ਆ ਗਿਆ ਜੀ ਆਪਣੇ ਕੋਲੇ 2B will be ਦਾ ਰਾਈਟ ਆਨਸਰ ਹੁਣ ਜਿਹੜੇ 109 ਲਈ ਜਾਂਦੇ ਸੀ ਚੁੱਪ ਕਰਕੇ ਕੰਨ ਫੜੋ ਤੇ ਆਪਦੀ ਮੰਮੀ ਪਾਪਾ ਦੇ ਕੋਲੇ ਘਰਦਿਆਂ ਕੋਲੇ ਜਾ ਕੇ ਉਹ ਸੌਰੀ ਜੀ ਸਾਥੋਂ ਗਲਤੀ ਹੋ ਗਈ ਸੀ ਕੁਐਸਚਨ ਗਲਤ ਕਰਤਾ ਮਨੋਸ ਸਾਡੇ ਸਜ਼ਾ ਦਿੱਤੀ ਸਾਡੀ ਸਜ਼ਾ ਪੂਰੀ ਹੋ ਚੁੱਕੀ ਐ ਸਿਆਣੇ ਬਣਿਆ ਕਰੋ ਤੁੱਕੇ ਨਾ ਮਾਰਿਆ ਕਰੋ ਉੱਤਰ ਕੀ ਆ ਗਿਆ ਜੀ 110 ਨੰਬਰ ਆਰਟੀਕਲ ਆ ਚੁੱਕਿਆ ਅਗਲਾ ਕੁਐਸਚਨ ਦੇਖੋ ਕੀ ਕਹਿੰਦਾ ਕਹਿੰਦੇ ਬ੍ਰਿਟਿਸ਼ ਹਾਊਸ ਆਫ ਕਾਮਨਸ ਬ੍ਰਿਟਿਸ਼ ਹਾਊਸ ਆਫ ਕਾਮਨਸ ਦੇ ਮੈਂਬਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਵਿਅਕਤੀ ਕੌਣ ਸਨ ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੁਐਸਚਨ ਕਹਿ ਰਿਹਾ ਜੀ ਜਿਵੇਂ ਸਾਡੇ ਦੇਸ਼ 'ਚ ਲੋਕ ਸਭਾ ਹੈ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਹੈ ਉਸੇ ਤਰੀਕੇ ਦੇ ਨਾਲ ਜਿਵੇਂ ਲੋਕ ਸਭਾ ਤੇ ਰਾਜ ਸਭਾ ਉਵੇਂ ਬ੍ਰਿਟੇਨ ਦੇ ਵਿੱਚ ਜਾਨੀ ਕਿ ਇੰਗਲੈਂਡ ਦੇ ਵਿੱਚ ਜਿਹੜੀ ਉਹਨਾਂ ਦੀ ਲੋਕ ਸਭਾ ਜਿਹੜਾ ਉਹਨਾਂ ਦਾ ਲੋਅਰ ਹਾਊਸ ਹੈ ਉਹਨੂੰ ਬੋਲਿਆ ਜਾਂਦਾ ਜੀ ਹਾਊਸ ਆਫ ਕਾਮਨਸ ਹਾਊਸ ਆਫ ਕਾਮਨਸ ਬੋਲਿਆ ਜਾਂਦਾ ਉਹਨੂੰ ਹਾਊਸ ਆਫ ਕਾਮਨਸ ਬੋਲਿਆ ਜਾਂਦਾ ਤੇ ਜਿਹੜੀ ਭਾਈ ਉਹਨਾਂ ਦੀ ਰਾਜ ਸਭਾ ਨੂੰ ਹਾਊਸ ਆਫ ਲਾਰਡਸ ਬੋਲਦੇ ਆ ਠੀਕ ਹੈ ਤੇ ਹੁਣ ਇੱਥੇ ਕਹਿੰਦੇ ਬ੍ਰਿਟਿਸ਼ ਦੀ ਬ੍ਰਿਟੇਨ ਬ੍ਰਿਟੇਨ ਦੀ ਲੋਕ ਸਭਾ ਦੇ ਵਿੱਚ ਆਪਣਾ ਕਿਹੜਾ ਭਾਰਤੀ ਵਿਅਕਤੀ ਗਿਆ ਸੀ ਉਸੇ ਭਾਈ ਦਾਦਾ ਭਾਈ ਨਰੋਜੀ ਲੋ ਭੋਲੇ ਕਟ ਡਾ ਹੋ ਗਿਆ ਗਲਤ ਭੋਲੇ ਕਾ ਟਿੱਡਾ ਹੋ ਗਿਆ ਭਾਈ ਗਲਤ ਭੋਲੇ ਕੇ ਟਿੱਡੇ ਤੇ ਯਕੀਨ ਨਹੀਂ ਕਰਨਾ ਮੈਂ ਪਹਿਲਾਂ ਹੀ ਕਹੀ ਜਾਣਾ ਭੋਲੇ ਕਾ ਟਿੱਡਾ ਭਾਈ ਉੱਤੇ ਰਗੜਾ ਖਾ ਚੁੱਕਿਆ ਦਾਦਾ ਭਾਈ ਨਰੋਜੀ ਬਿਲਕੁਲ ਰਾਈਟ ਆਨਸਰ ਆਏਗਾ ਜੀ ਦਾਦਾ ਭਾਈ ਨਰੋਜੀ ਇਕੱਲੇ ਭਾਰਤੀ ਨਹੀਂ ਸੀ ਇਹ ਨਾਲ ਏਸ਼ੀਅਨ ਵੀ ਪਹਿਲੇ ਵਿਅਕਤੀ ਸਨ ਬੱਚਾ ਇਹ ਪਹਿਲੇ ਏਸ਼ੀਆ ਦੇ ਵਿਅਕਤੀ ਸਨ ਜਿਹੜੇ ਭਾਈ ਬ੍ਰਿਟਿਸ਼ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚੇ ਸੀ ਪਿਆਰੇ ਦੋਸਤੋ ਆਨਸਰ ਸਾਡੇ ਕੋਲੇ ਕੀ ਆ ਗਿਆ ਜੀ ਬੀ ਵਿਲ ਬੀ ਦਾ ਰਾਈਟ ਆਨਸਰ ਭੋਲੇ ਕੇ ਟਿੱਡੇ ਤੇ ਯਕੀਨ ਨਾ ਕਰਿਓ ਉਹ ਤਾਂ ਸਾਡੇ ਕੋਲੇ ਕੀ ਆ ਗਿਆ ਜੀ ਦਾਦਾ ਭਾਈ ਨਰੋਜੀ ਆ ਚੁੱਕਿਆ ਅਗਲਾ ਕੁਐਸਚਨ ਪਾਕਿਸਤਾਨ ਨਾਮ ਕਿਸ ਨੇ ਰੱਖਿਆ ਸੀ who coined the name pakistan who coined the term of pakistan aidan vi bol sakde ha pa dasso वेरी गुड दसो पाकिस्तान नाम किसने रखा सी प्यारे दोस्तों मोहम्मद अली जिन्ना ने फजलुल हुक ने हक ने सॉरी लियाकत अली खान ने चौधरी रहमत अली ने किसने दिता ये नाम पाकिस्तान پاکستان ਨਾਮ ਕਿਸ ਨੇ ਰੱਖਿਆ ਚੌਧਰੀ ਨੂੰ ਘੱਲ ਕਿਸ ਨੂੰ ਘੱਲ ਚੌਧਰੀ ਨੂੰ ਉਹ ਚੱਲ ਮੇਰਾ ਪੁੱਤ ਫਿਲਮ ਦੇਖੀ ਨਾ ਉਹ ਚੱਲ ਮੇਰਾ ਫੁੱਤ ਦੇ ਵਿੱਚ ਨਾ ਕੁਝ ਵਧੀਆ ਲੱਗੇ ਨਾ ਲੱਗੇ ਪਰ ਉਹਦੇ ਪਾਕਿਸਤਾਨੀ ਜਿਹੜੇ ਐਕਟਰਸ ਨੇ ਉਹ ਆਪਸ ਵਿੱਚ ਗੱਲਬਾਤ ਕਰਦੇ ਨਾ ਉਹ ਵੱਖਰੇ ਨਜ਼ਾਰਾ ਹੁੰਦਾ ਉਹ ਕਹਿੰਦਾ ਚੌਧਰੀ ਜਿਹੜਾ ਦਾਸ ਤੇ ਕਿੱਧਰ ਜਾਂਦਾ ਪਿਆਏ ਚੌਧਰੀ ਨੂੰ ਘੱਲ ਚੌਧਰੀ ਕਿੱਧਰ ਗਿਆ ਹੈ ਹਨਾ ਉਹ ਭਾਈ ਚੌਧਰੀ ਰਹਿਮਤ ਅਲੀ ਜੀ ਸੀ ਜਿਨ੍ਹਾਂ ਨੇ ਪਹਿਲੀ ਵਾਰੀ ਜੋ ਜਿਨਾਂ ਨੇ ਕਿਹਾ ਤਾਂ ਮੈਂ ਜਿਨੇ ਪਹਿਲੀ ਵਾਰੀ ਪਾਕਿਸਤਾਨ ਨਾਮ ਰੱਖਿਆ ਇੱਜ਼ਤ ਪਤਾ ਨਹੀਂ ਕਿਵੇਂ ਤੱਕੇ ਨਾਲ ਨਿਕਲ ਜਾਂਦੀ ਹੈ ਹੈ ਨਹੀਂ ਸੀ ਲਾਇਕ ਪਰ ਨਿਕਲ ਜਾਂਦੀ ਹੈ ਤੱਕੇ ਨਾਲ ਹੁਣ ਦੱਸੋ ਹੁਣ ਮੈਂ ਮੁਹੰਮਦ ali ਜਿੰਨਾ ਜੀ ਕਿਵੇਂ ਕਹਾ ਹੈ ਜਿੰਨਾ ਜੀ ਬੋਲਾਂ ਮੈਂ ਮੇਰਾ ਜੀ ਕਰਦਾ ਜਿੰਨਾ ਜੀ ਮੇਰਾ ਕਰਦਾ ਚਪੇੜਾ ਲਾਵੇਂ ਇਹਨਾਂ ਦੇ ਮੈਂ ਹਾਂ ਉੱਤਰ ਕੀ ਆ ਗਿਆ ਡੀ ਆ ਗਿਆ ਤੇ ਅਗਲਾ ਕੁਐਸਚਨ ਦੇਖੋ ਜੈਨੀਆਂ ਦਾ ਪਹਿਲਾ ਤੀਰਥੰਕਰ ਕੌਣ ਸੀ ਇਹੀ ਤਾਂ ਉਹ ਲੋਕ ਨੇ ਨਾ ਜਿਹੜੇ ਧਰਮਾਂ ਦੇ ਵਿੱਚ ਆਪਸ ਚ ਵੰਡ ਗਏ ਲੋਕਾਂ ਨੂੰ ਇਹੀ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਦੋ ਦੇਸ਼ਾਂ ਦੇ ਵਟਵਾਰੇ ਕਰਵਾ ਦਿੱਤਾ ਇੱਕ ਦੇਸ਼ ਨੂੰ ਦੋ ਦੇਸ਼ਾਂ ਦੇ ਵਿੱਚ ਬਦਲ ਦਿੱਤਾ ਇਹ ਉਹੀ ਲੋਕ ਨੇ ਜੀ ਟ੍ਰੇਨ ਇੱਥੋਂ ਭਰ ਕੇ ਗਈ ਸੀ ਲਾਸ਼ਾਂ ਦੀ ਤੇ ਉੱਥੋਂ ਭਰ ਕੇ ਆਈ ਸੀ ਇਹਨਾਂ ਲੋਕਾਂ ਦੀ ਬਦੌਲਤ ਹੋਇਆ ਭਾਈ ਇਹਨਾਂ ਦੇ ਨਾਮ ਦੇ ਮਗਰ ਦੱਸੋ ੱੱਕੇ ਨਾਲ ਜੀ ਕਿਵੇਂ ਲੱਗ ਜਾਂਦਾ ਭਾਈ ਕਹਿੰਦੇ ਜੈਨੀਆਂ ਦਾ ਪਹਿਲਾ ਤੀਰਥੰਕਰ ਕੌਣ ਸੀ ਜੈਨਿਜ਼ਮ ਬੁੱਧਿਜ਼ਮ ਸਿੱਖੀਜ਼ਮ ਜਦੋਂ ਪੜ੍ਹਦੇ ਆ ਨਾ ਤਾਂ ਪੇਪਰ 'ਤੇ ਪੱਕਾ ਇੱਕ ਅਦਾ ਕੁਐਸਚਨ ਆਉਂਦਾ ਹੁੰਦਾ ਜੀ ਗੱਲ ਯਾਦ ਰੱਖਿਓ ਠੀਕ ਹੈ ਚਲੋ ਪਹਿਲਾ ਤੀਰਥੰਕਰ ਕੌਣ ਆ ਜੀ ਜੈਨੀਆਂ ਦਾ ਜੈਨ ਧਰਮ ਦਾ ਪਹਿਲਾ ਤੀਰਥੰਕਰ ਕੌਣ ਆ ਬੱਚੋ ਉਹ ਆ ਜੀ ਸਾਡੇ ਕੋਲੇ ਰਿਸ਼ਭ ਦੇਵ ਕੌਣ ਆ ਪਿਆਰੇ ਦੋਸਤੋ ਰਿਸ਼ਭ ਦੇਵ ਜਾਂ ਰਿਸ਼ਭ ਦੇਵ ਦੇ ਨਾਮ ਨਾਲ ਕਈ ਵਾਰੀ ਨਾਮ ਲਿਖਿਆ ਹੁੰਦਾ ਰਿਸ਼ਭਨਾਥ ਰਿਸ਼ਭਨਾਥ ਵੀ ਲਿਖਿਆ ਆ ਜਾਂਦਾ ਗੱਲ ਇੱਕੋ ਹੀ ਆ ਭਾਈ ਠੀਕ ਹੈ ਗੱਲ ਇੱਕੋ ਹੀ ਆ ਜੀ ਰਿਸ਼ਭ ਦੇਵ ਹੋਵੇ ਤੇ ਭਾਵੇਂ ਰਿਸ਼ਭਨਾਥ ਹੋਵੇ ਅਨਸਰ ਇਹੀ ਆਊਗਾ ਜੀ ਜੈਨੀਆਂ ਦੇ ਪਹਿਲੇ ਤੀਰਥੰਕਰ ਕੌਣ ਨੇ ਰਿਸ਼ਭਨਾਥ ਨੇ ਜੀ ਰਿਸ਼ਭਦੇਵ ਨੇ ਟੋਟਲ ਕਿੰਨੇ ਤੀਰਥੰਕਰ ਹੋਇਆ ਜੈਨਿਜ਼ਮ ਦੇ ਵਿੱਚ ਜੈਨਿਜ਼ਮ ਦੇ ਵਿੱਚ ਕੋ ਟੋਟਲ ਕਿੰਨੇ ਤੀਰਥੰਕਰ ਹੋਇਆ ਜੀ 24 ਤੀਰਥੰਕਰ ਹੋਇਆ ਹੁਣ ਤੀਰਥੰਕਰ ਨਹੀਂ ਸਮਝਦੇ ਤਾਂ ਸਿੰਪਲ ਜੀ ਭਾਸ਼ਾ ਸੁਣਨਾ ਆਪਾਂ ਕਹਿੰਦੇ ਸਿੱਖ ਇਤਿਹਾਸ ਕਿੰਨੇ ਗੁਰੂ ਹੋਏ ਹਨਾ ਸਿੱਖਾਂ ਦੇ ਕਿੰਨੇ ਗੁਰੂ ਹੈ ਇਸ ਤਰੀਕੇ ਨਾਲ ਆ ਜੀ 24 ਤੀਰਥੰਕਰ ਹੋਇਆ ਬੱਚੋ ਪਹਿਲੇ ਕੌਣ ਆ ਜੀ ਰਿਸ਼ਭਨਾਥ ਜਿਨ੍ਹਾਂ ਦਾ ਸਿੰਬਲ ਕੀ ਸੀ ਭਾਈ ਬੁੱਲ ਜਿਨ੍ਹਾਂ ਦਾ ਸਿੰਬਲ ਕੀ ਸੀ ਬੱਚੋ ਇਹਨਾਂ ਦਾ ਬੁੱਲ ਸੀਗਾ ਉਦੋਂ ਬਾਅਦ ਅਜੀਤਨਾਥ ਇਹਨਾਂ ਦਾ ਸਿੰਬਲ এলিਫੈਂਟ ਆ ਜੀ 24ਵੇਂ ਤੀਰਥੰਕਰ ਕੌਣ ਨੇ ਬੱਚੋ ਇਹਨਾਂ ਦਾ ਨਾਮ ਹੈ ਜੀ ਮਹਾਵੀਰ ਜੈਨ 24ਵੇਂ ਤੀਰਥੰਕਰ ਕੌਣ ਨੇ ਬੱਚੋ ਮਹਾਵੀਰ ਜੈਨ ਇਹਨਾਂ ਦਾ ਭਾਈ ਸ਼ੇਰ ਸੀਗਾ ਜੀ ਜਿਹੜਾ ਭਾਈ ਇਹਨਾਂ ਦਾ ਸਿੰਬਲ ਹੈ ਦੋਸਤੋ ਇਹ ਵੀ ਯਾਦ ਰੱਖਿਓ ਇਹ ਕਿ ਨਾ ਬਹੁਤ ਵਾਰੀ ਬਹੁਤ ਵਾਰੀ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਸਾਡੇ ਕੋਲੇ ਅ ਕਿਦਰ ਗਿਆ ਹੂੰ ਕਿਦਰ ਗਿਆ ਆਰੇ ਆਹ ਸੌਰੀ 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 ਆਰੇ ਜੀ 14ਵੇਂ 14ਵੇਂ ਤੀਰਥੰਕਰ ਨੇ ਜਿਹੜੇ ਬੱਚੇ ਇਹਨਾਂ ਦਾ ਨਾਮ ਕੀ ਹੈ ਜੀ ਅਨੰਨਾਥ ਅਨੰਨਾਥ 14ਵੇਂ ਤੀਰਥੰਕਰ ਨੇ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ ਜੀ ਪੀਪੀਐਸਸੀ ਦੇ ਲੈਵਲ ਦੇ ਐਗਜ਼ਾਮ 'ਚ ਕਿਉਂਕਿ ਉਹਨਾਂ ਨੇ 14 ਲਿਖਿਆ ਨਾ ਤੇ ਜਨਤਾ 24 ਲਿਖਿਆ ਹੀ ਆਨਸਰ 'ਚ 24 ਲਾਇਆ ਲੋਕ ਭਾਈ ਉਹਨਾਂ ਨੇ 14ਵਾਂ ਪੁੱਛਿਆ ਸੀ ਅਗਲਾ ਕੁਐਸਚਨ ਜਰਾ ਮਾਰਦਿਆਂ ਨਜ਼ਰ ਓਏ ਹੋਏ ਹੋਏ ਅੱਜ ਮਾਰਕਰ ਵੀ ਡਿੱਗ ਪਿਆ ਭਾਈ ਅੱਜ ਮਾਰਕਰ ਵੀ ਡਿੱਗ ਪਿਆ ਤੇ ਪਹਿਲਾਂ ਮਾਈਕ ਜੈ ਵੀ ਡਿੱਗਿਆ ਉਹ ਘਰੇ ਤੋਂ ਬੁੜੀਆਂ ਰੋਟੀਆਂ ਬਣਾਉਂਦੇ ਨੇ ਨਾ ਪੇੜਾ ਪੂੜਾ ਡਿੱਗ ਪੇ ਤੋਦੀ ਕਹਿੰਦੀ ਅੱਜ ਕੋਈ ਨ ਅੱਜ ਕੋਈ ਨਾ ਕੋਈ ਰਿਸ਼ਤੇਦਾਰ ਘਰੇ ਹੋਣਾ ਪਰ ਅੱਜ ਆਪਣੇ ਕੋਲੇ ਪਤਾ ਨਹੀਂ ਕਿਹਨੇ ਹੋਣਾ ਭਾਈ ਦੋ ਵਾਰੀ ਜੋ ਸਵਾਨ ਡੇਪੇ ਆਪਣੇ ਕਿਸੇ ਵੀ ਫੈਕਟਰੀ ਜਾਂ ਖਾਨ ਦੇ ਵਿੱਚ ਖਾਨ ਬੋਲੇ ਤਾਂ ਕੀ ਹੁੰਦਾ ਭਾਈ ਮਾਈਨ ਮਾਈਨ ਜਿੱਥੋਂ ਕੋਲਾ ਕੱਢਿਆ ਜਾਂਦਾ ਜਿੱਥੋਂ ਸੋਨਾ ਕੱਢਿਆ ਜਾਂਦਾ ਨਾ ਜਿੱਥੋਂ ਭਾਈ ਮਤਲਬ ਪਹਾੜਾਂ ਦੇ ਵਿੱਚ ਜਿਹੜੇ ਟੋਏ ਜੇ ਪੜਦੇ ਨੇ ਉਹ ਖਾਨ ਬੋਲਦੇ ਆ ਭਾਈ ਠੀਕ ਹੈ ਕਿਸੇ ਵੀ ਫੈਕਟਰੀ ਜਾਂ ਖਾਨ ਦੇ ਵਿੱਚ ਰੁਜ਼ਗਾਰ ਲਈ ਘੱਟੋ ਘੱਟ ਆਗਿਆ ਯੋਗ ਉਮਰ ਕਿੰਨੀ ਹੈ ਜੀ घटो घट उमर आएगा जी घटो घट हूँ दिमाग पंद्रह के चौदह पंद्रह के चौदह पंद्रह के चौदह चल रहे ना दिमाग च सो प्यारे बच्चो प्यारे साथियों याद रखियो आएगा आएगा चौदह साल क्योंकि भारत ने संविधान च लिखा है छे तो चौदह ਸਾਲ ਤੱਕ ਦੇ ਜਿਹੜੇ ਬੱਚੇ ਨੇ 6 ਤੋਂ 14 ਸਾਲ ਤੱਕ ਦੇ ਜਿਹੜੇ ਬੱਚੇ ਨੇ ਇਹਨਾਂ ਨੂੰ ਸਿੱਖਿਆ ਦੇਣੀ ਸਕੂਲ ਦੇ ਵਿੱਚ ਭੇਜਣਾ ਲਾਜ਼ਮੀ ਹੈ ਜੀ ਇਹ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਪਿਆਰੇ ਦੋਸਤੋ 6 ਤੋਂ 14 ਸਾਲ ਤੱਕ ਦੇ ਬੱਚੇ ਤੇ 15 ਵੀ ਨਹੀਂ ਆਏਗਾ ਜੀ 18 ਵੀ ਨਹੀਂ ਆਏਗਾ 12 ਵੀ ਨਹੀਂ ਆਏਗਾ ਇਹ ਆਰਟੀਕਲ ਨੰਬਰ 24 ਦੇ ਤਹਿਤ ਇਹ ਸਾਡੇ ਕੋਲੇ ਬਾਲ ਮਜ਼ਦੂਰੀ ਦੇ ਉੱਤੇ ਵੀ ਰੋਕ ਲਾਈ ਗਈ ਹੈ ਇਹ ਆਰਟੀਕਲ ਨੰਬਰ 24 ਚ ਬਾਲ ਮਜ਼ਦੂਰੀ ਦੇ ਵੀ ਤੇ ਰੋਕ ਲਾਈ ਗਈ ਹੈ ਨਾ ਇਹ 14 ਸਾਲ ਦੇ ਘੱਟ ਬੱਚਿਆਂ ਨੂੰ ਕਿਤੇ ਕੰਮ ਨਹੀਂ ਕਰਵਾਇਆ ਜਾ ਸਕਦਾ ਅਗਲੇ ਕੁਐਸਚਨ ਦੇ ਵੱਲ ਮੂਵ ਆਨ ਕਰਦੇ ਹਾਂ ਕਹਿੰਦੇ ਸੰਸਦ ਦੇ ਕੁੱਲ ਮੈਂਬਰਾਂ ਦੀ 2/3 ਬਹੁਮਤ ਦੇ ਨਾਲ ਜਾਨੀ ਕਿ ਮੈਜੋਰਿਟੀ ਦੇ ਨਾਲ ਸੰਸਦ ਮੈਂਬਰਾਂ ਦੇ 2/3 ਜਿਹੜੀ ਮੈਜੋਰਿਟੀ ਆ ਉਹਦੇ ਨਾਲ ਇੱਕ ਮਤਾ ਪਾਸ ਕਰਨ ਦਾ ਨਿਯਮ ਕਹਿੰਦੇ ਲਾਗੂ ਹੁੰਦਾ ਜੀ ਉਹ ਮਤਾ ਕਿਹੜਾ ਜੀ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਅਪਰੂਵਲ ਆਫ ਪ੍ਰੋਕਲਮਿਨੇਸ਼ਨ ਆਫ ਐਮਰਜੈਂਸੀ ਜਾਂ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਜਾਂ ਡਿਸ ਅਪਰੂਵਲ ਆਫ ਪ੍ਰੋ ਕਲੇਮੇਸ਼ਨ ਆਫ ਐਮਰਜੈਂਸੀ ਦੱਸੋ ਜੀ ਕੀ ਆਏਗਾ ਪਹਿਲੇ ਦੀ ਪੰਜਾਬੀ ਹੈ ਜੀ ਸੰਵਿਧਾਨ ਚ ਸੋਧ ਕਰਨ ਵਾਸਤੇ ਦੂਜੇ ਦੀ ਪੰਜਾਬੀ ਹੈ ਜੀ ਐਮਰਜੈਂਸੀ ਲਾਉਣ ਵਾਸਤੇ ਤੀਜੇ ਦੀ ਪੰਜਾਬੀ ਹੈ ਜੀ ਰਾਸ਼ਟਰਪਤੀ ਨੂੰ ਉਹਦੀ ਸੀਟ ਤੋਂ ਹਟਾਉਣ ਵਾਸਤੇ ਮਹਾਦੋਸ਼ ਲਾਉਣ ਵਾਸਤੇ ਚੌਥੇ ਦੀ ਪੰਜਾਬੀ ਹੈ ਜੀ ਕਹਿੰਦੇ ਉਹਦੀ ਜਿਹੜੀ ਭਾਈ ਐਮਰਜੈਂਸੀ ਲਾਉਣ ਵਾਸਤੇ ਜਿਹੜੀ ਅਪਰੂਵਲ ਦਿੱਤੀ ਹੈ ਉਹਨੂੰ ਹਟਾਉਣ ਵਾਸਤੇ ਦੱਸੋ ਕੀ ਆਏਗਾ ਲਓ ਲਓ ਕੋਸ਼ਿਸ਼ ਕਰੋ ਨਹੀਂ ਆ ਰਿਹਾ ਯੂ ਕੈਨ ਸੇ ਸੌਰੀ ਸਰ ਸਿੰਪਲ ਅੰਗਰੇਜ਼ਾਂ ਨੇ ਕਹਿਓ ਜਿਆ ਸ਼ਬਦ ਬਣਾਤਾ ਯਾਰ ਅੰਗਰੇਜ਼ ਕਹਿੰਦੇ ਕਿ ਐਦਾਂ ਦਾ ਸ਼ਬਦ ਆ ਭਾਈ ਇਹ ਸ਼ਬਦ ਨੂੰ ਜਦੋਂ ਮਰਜ਼ੀ ਬੋਲ ਦੋ ਅੰਗਰੇਜ਼ ਸਿਰ ਚ ਡਾ ਟੰਬਾ ਮਾਰ ਕੇ ਕਹਿ ਦ ਹਾਂ ਅਗਲਾ ਕੀ ਕਹਿੰਦਾ ਭਾਈ 80 ਕੀ ਵਾ ਮੇਰੇ ਸ਼ੇਰੋ ਵਾ ਮੇਰੇ ਸ਼ੇਰੋ ਉਹ ਸਦਕੇ ਜਾਵਾ ਤੁਹਾਡੇ ਓਏ ਸਦਕੇ ਜਾਵਾ ਓਏ ਸਦਕੇ ਜਿਹੜੇ ਦੁਪਹਿਰੇ 2 ਵਜੇ ਮੇਰੇ ਕੋਲ ਪੜ੍ਹ ਕੇ ਗਏ ਜੇ ਉਹਨਾਂ ਚ ਕੋਈ ਗਲਤ ਕਰ ਰਿਹਾ ਨਾ ਹਿਸਾਬ ਲਾ ਲਿਓ ਆਪਦਾ ਇਹਦਾ ਉੱਤਰ ਕੀ ਆਏਗਾ ਜੀ 임피ਚਮੈਂਟ ਆਫ ਅ ਪ੍ਰੈਜ਼ੀਡੈਂਟ 임피ਚਮੈਂਟ ਆਫ ਅ ਪ੍ਰੈਜ਼ੀਡੈਂਟ ਹੁਣ ਦੇਖੋ ਇੱਥੇ ਆ ਕੇ ਓਹ ਓਹ ਹੋ 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 ਅੱਛਾ ਇਹ ਉੱਤਰ ਜੀ ਓਹ ਹੋ ਸੌਰੀ ਸਰ ਜੀ ਭੁੱਲ ਗਏ ਸੀ ਗਲਤੀ ਹੋ ਗਈ ਇਹ ਥੀ ਗੜਬੜ ਹੁੰਦੀ ਹੈ ਸਾਰੀ ਖੇਡ ਇੱਥੇ ਕੁਐਸਚਨ ਨੂੰ ਪੜ੍ਹਨ ਤੋਂ ਬਾਅਦ ਕਾਲੀ ਬੋ ਕਰਦੇ ਆ ਤੇਜ਼ੀ ਇੰਨੀ ਤੇਜ਼ੀ ਹੁੰਦੀ ਹੈ ਪਤਾ ਹੀ ਨਹੀਂ ਕਿੱਧਰ ਜਾਣਾ ਹੁੰਦਾ ਸੀ ਜਿਵੇਂ ਬੱਸ ਟੱਪਣੀ ਹੁੰਦੀ ਹੈ ਭਾਈ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਇਹ ਲੋਕ ਸਭਾ ਦੇ ਕਿਸੇ ਵੀ ਲੋਕ ਸਭਾ ਜਾਂ ਭਾਈ ਰਾਜ ਸਭਾ ਦੋਵਾਂ ਹਾਊਸਾਂ ਦੇ ਵਿੱਚੋਂ ਕਿਸੇ ਵੀ ਹਾਊਸ ਦੇ ਵਿੱਚੋਂ ਸ਼ੁਰੂ ਹੋ ਸਕਦੀ ਹੈ ਫਸਟ ਆਫ ਆਲ ਦੂਜਾ ਪੁਆਇੰਟ ਲੋਕ ਸਭਾ ਰਾਜ ਸਭਾ ਚੋਂ ਇਹਨੂੰ ਸ਼ੁਰੂ ਕਰ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਜਦੋਂ ਇਹ ਸ਼ੁਰੂ ਹੋਗੀ 1/4 ਮੈਂਬਰਾਂ ਦੀ ਜਾਨੀ ਕਿ 1/4 ਪਰਸੈਂਟਜ ਜਾਂ ਭਾਈ 25% 25% ਮੈਂਬਰਾਂ ਦੀ ਸਹਿਮਤੀ ਦੇ ਨਾਲ ਇਹ ਸ਼ੁਰੂਆਤ ਹੋ ਜੇਗੀ ਇਹਦੀ 14 ਦਿਨਾਂ ਦਾ ਰਾਸ਼ਟਰਪਤੀ ਨੂੰ ਕੀ ਦਿੱਤਾ ਜਾਏਗਾ ਜੀ 14 ਦਿਨਾਂ ਦਾ ਉਹਨੂੰ ਅਲਟੀਮੇਟਮ ਦਾ ਨੋਟਿਸ ਦਿੱਤਾ ਜਾਏਗਾ ਜੀ 14 ਦਿਨਾਂ ਦਾ ਉਹਨਾਂ ਬੱਚੋ ਨੋਟਿਸ ਦਿੱਤਾ ਜਾਏਗਾ ਵੀ 14 ਦਿਨਾਂ ਦੇ ਵਿੱਚ ਵਿੱਚ ਆਪਦੀ ਭਾਈ ਤੂੰ ਇਹ ਸਾਬਿਤ ਕਰ ਦੇ ਵੀ ਤੂੰ ਠੀਕ ਆ ਬੰਦਾ ਤੂੰ ਗਲਤ ਨਹੀਂ ਹੈਗਾ ਇਹ ਧੱਕੇ ਨਾਲ ਹੀ ਤੈਨੂੰ ਗੱਡੀ ਤੋਂ ਲਾਉਣ ਨੂੰ ਫਿਰਦੇ ਆ 14 ਦਿਨਾਂ ਦਾ 14 ਦਿਨਾਂ ਚਾਹ ਰਹੇ ਰਫਾ-ਦਾਫਾ ਕਰਾਤਾ ਮਾਮਲਾ ਠੀਕ ਨਹੀਂ 15ਵੇਂ ਦਿਨ ਪ੍ਰੋਸੈਸ ਦੁਬਾਰਾ ਸ਼ੁਰੂ ਹੋ ਜਾਊਗਾ ਜਦੋਂ 15ਵੇਂ ਦਿਨ ਪ੍ਰੋਸੈਸ ਦੁਬਾਰਾ ਸ਼ੁਰੂ ਹੋਊਗਾ ਨਾ ਉਦੋਂ ਪਹਿਲੇ ਹਾਊਸ ਦੀ 2/3 ਮੈਜੋਰਟੀ ਕਵੈਸਚਨ ਇਹੀ ਪੁੱਛ ਰਿਆ ਸੀ 2/3 ਮੈਜੋਰਟੀ ਲੋਕ ਸਭਾ ਦੀ ਫਿਰ 2/3 ਮੈਜੋਰਟੀ ਰਾਜ ਸਭਾ ਦੀ ਤੇ ਭਾਈ ਉਹਦੀ ਜਿਹੜੀ ਇੰਪੀਚਮੈਂਟ ਆ ਉਹ ਡਨ ਹੋ ਜਾਂਦੀ ਆ ਪਿਆਰੇ ਦੋਸਤੋ ਆਰਟੀਕਲ ਨੰਬਰ 61 ਦੇ ਵਿੱਚ ਲਿਖਿਆ ਹੋਇਆ ਜੀ ਆਰਟੀਕਲ ਨੰਬਰ 61 ਦੇ ਵਿੱਚ ਲਿਖਿਆ ਹੋਇਆ ਹੁਣ ਬੋਲ ਦੋ ਸਰ ਜੀ ਸੌਰੀ ਗਲਤੀ ਹੋ ਗਈ ਜੀ ਪਤਾ ਹੀ ਨਹੀਂ ਲੱਗਿਆ ਕਿੱਧਰ ਹੋ ਗਿਆ ਭਾਈ ਹੈ ਇੱਕ ਨਾ ਕਿੱਕਣਾ ਹੋ ਗਿਆ ਜੀ ਇੱਕ ਨਾ ਕਿੱਕਣਾ ਹੋ ਜਾਂਦਾ ਭਾਈ ਜੋ ਪੇਪਰ ਜਾਣੇ ਉਹ ਤੋਂ ਪਤਾ ਲਾ ਦ ਹੁੰਦਾ ਪੇਪਰ ਤੇ ਪਾ ਜਾਣੇ ਨਾ ਪੇਪਰ ਜਾ ਕੇ ਪਈ ਤੁੱਕਾ ਲਾ ਦਿੰਨੇ ਬਾਅਦ ਚ ਉਹਦਾ ਗਲਤ ਫਿਰ ਪਤਾ ਲਾਦਾ ਮੈਨੂੰ ਪਤਾ ਨਹੀਂ ਲੱਗਿਆ ਮੰਗਲਤ ਹੂ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਿਹੜੀ ਆਰਟੀਕਲ ਹੈ ਕਿਹੜਾ ਆਰਟੀਕਲ ਹੈ ਬੱਚੋ ਜਿਹੜਾ ਦੇਵਨਾਗਰੀ ਲਿਪੀ ਵਿੱਚ ਹਿੰਦੀ ਨੂੰ ਸੰਘ ਦੀ ਅਧਿਕਾਰਿਤ ਭਾਸ਼ਾ ਵਜੋਂ ਕੋਸ਼ਿਸ਼ ਕਰਦਾ ਜੀ ਜਾਨੀ ਕਿ ਜਿਹੜੀ ਦੇਵਨਾਗਰੀ ਸਕ੍ਰਿਪਟ ਆ ਜੀ ਉਹਨੂੰ ਆਫੀਸ਼ੀਅਲ ਲੈਂਗੁਏਜ ਬਣਾ ਦਿੰਦਾ ਜੀ ਹਿੰਦੁਸਤਾਨ ਦੀ ਆਫੀਸ਼ੀਅਲ ਕਿਹੜਾ ਆਰਟੀਕਲ ਹੈ ਬੱਚੋ ਕਿਹੜਾ ਆਰਟੀਕਲ ਹੈ ਦੱਸੋ ਬੋਲੋ ਜੀ ਬੋਲੋ ਜਲਦੀ ਜਲਦੀ ਸ਼ਾਬਾਸ਼ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਇਸ ਸਵਾਲ ਦਾ ਜਵਾਬ ਸਾਡੇ ਕੋਲੇ ਆ ਆਰਟੀਕਲ ਨੰਬਰ 343 ਦੇ ਵਿੱਚ ਆਫੀਸ਼ੀਅਲ ਲੈਂਗੁਏਜ ਦੀ ਗੱਲ ਕੀਤੀ ਗਈ ਹੈ ਜੀ ਆਫੀਸ਼ੀਅਲ ਲੈਂਗੁਏਜ ਦੀ ਗੱਲ 343 ਦੇ ਵਿੱਚ ਕੀਤੀ ਗਈ ਹੈ ਤੇ ਭਾਰਤ ਦੇ ਸੰਵਿਧਾਨ ਦਾ ਭਾਈ ਜੇ ਗੱਲ ਕਰੀਏ ਸਾਡੇ ਕੋਲੇ ਸ਼ੈਡਿਊਲ ਨੰਬਰ 8ਵਾਂ ਜੀ ਸ਼ੈਡਿਊਲ ਨੰਬਰ 8ਵੇਂ ਦੇ ਵਿੱਚ ਆਫੀਸ਼ੀਅਲ ਲੈਂਗੁਏਜਸ ਦੀ ਗੱਲ ਕੀਤੀ ਗਈ ਹੈ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਕਿੰਨੀ ਆਫੀਸ਼ੀਅਲ ਲੈਂਗੁਏਜ ਨੇ ਪਹਿਲਾਂ 14 ਸੀ ਅੱਜ ਕਿੰਨੀ ਹੋ ਗਈਆਂ ਜੀ 22 ਹੁਣ ਕਈ ਵਾਰੀ ਜਨਤਾ ਕੀ ਕਰਦੀ ਆ ਭਾਈ ਜਿਹੜੇ ਪੜਨ ਵਾਲੇ ਬੱਚੇ ਹੋਗੇ ਇਸੇ ਗੱਲ 'ਤੇ ਉਲਝੇ ਜਾਂਦੇ ਵੀ ਆਫੀਸ਼ੀਅਲ ਲੈਂਗੁਏਜ ਤਾਂ ਹਿੰਦੀ ਹੈਗੀ ਹੈ ਫਿਰ ਨੈਸ਼ਨਲ ਲੈਂਗੁਏਜ ਕਿਹੜੀ ਹੈ ਇੰਡੀਆ ਦੀ ਜੇ ਕਈ ਵਾਰੀ ਪੁੱਛੇ ਤੁਹਾਨੂੰ ਨੈਸ਼ਨ ਲੈਂਗੁਏਜ ਆ ਬੱਚੋ ਚਲੋ ਅਗਲਾ ਕੁਐਸਚਨ ਦੇਖਦੇ ਆ ਜੀ ਅਗਲਾ ਸਵਾਲ ਵੇਖਦੇ ਆ ਪਿਆਰੇ ਦੋਸਤੋ ਕੀ ਹੋਏਗਾ ਕਹਿੰਦੇ ਜੀ ਭਾਰਤ ਦੇ ਨਾਲ ਨਾਲ ਹਰੇਕ ਰਾਜ ਲਈ ਅਚੰਚਿਤ ਫੰਡ ਦਾ ਪ੍ਰਬੰਧ ਕਿਹੜੇ ਆਰਟੀਕਲ ਦੇ ਅਨੁਸਾਰ ਕੀਤਾ ਗਿਆ ਜੀ ਦੱਸੋ ਪ੍ਰੋਵੀਜ਼ਨਲ ਅ ਪ੍ਰੋਵੀਜ਼ਨ ਫੋਰ ਕੰਸਿਸਟੈਂਸੀ ਫੰਡ ਆਫ ਇੰਡੀਆ ਐਸ ਵੈਲ ਐਸ ਐਸ ਫੋਰ ਸਟੇਟ ਹੈਜ਼ ਬੀਨ ਮੇਡ ਅੰਡਰ ਕਾਂਟੀਜੈਂਸੀ ਫੰਡ ਜਿਹੜਾ ਨੂੰ ਇਹਨੂੰ ਐਮਰਜੈਂਸੀ ਫੰਡ ਬੋਲਦੇ ਆ ਉਹ ਇੰਡੀਆ ਦਾ ਵੀ ਹੈਗਾ ਹਰ ਇੱਕ ਸਟੇਟ ਦਾ ਵੀ ਹੈਗਾ ਭਾਈ ਉਹ ਕਿਹੜੇ ਆਰਟੀਕਲ ਦੇ ਅੰਦਰ ਆ ਪਿਆਰੇ ਦੋਸਤੋ ਉਹ ਕਿਹੜੇ ਆਰਟੀਕਲ ਦੇ ਅੰਦਰ ਆ ਦੱਸੋ ਉਹ ਕਿਹੜੇ ਆਰਟੀਕਲ ਦੇ ਅੰਦਰ ਆ ਜੀ 267 270 ਜਾਂ ਪਾਰਲੀਮੈਂਟਰੀ ਲੈਜਿਸਲੇਸ਼ਨ ਦੇ ਅੰਦਰ ਜਾਂ ਪ੍ਰੈਜ਼ੀਡੈਂਟ ਆਰਡਰ ਦੇ ਅੰਦਰ ਦੱਸੋ ਜੀ ਕਿਹਦੇ ਅੰਦਰਾਂ ਵਿੱਚੋਂ ਵੈਰੀ ਗੁੱਡ ਸ਼ਾਬਾਸ਼ ਕਹਿੰਦੇ ਡੀ ਆਏਗਾ ਜੀ ਬਹੁਤ ਅੱਛੇ ਜੀ ਗੁਰਪ੍ਰੀਤ ਜੀ ਡੀ ਆਏਗਾ ਸ਼ਾਬਾਸ਼ ਬਹੁਤ ਅੱਛੇ ਹੋਰ ਕੋਈ ਹੈ ਕੋਈ ਹੋਰ ਕੋਈ ਹੋਰ ਆਨਸਰ ਦਿਓ ਡੀ ਤੋਂ ਬਿਨਾਂ ਨਹੀਂ ਪਤਾ ਲੱਗ ਰਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਇਹਦਾ ਉੱਤਰ ਆਏਗਾ ਜੀ ਆਰਟੀਕਲ ਨੰਬਰ ਸਾਡੇ ਕੋਲੇ 267 ਦੇ ਵਿੱਚ ਹੈ ਜੀ ਕਾਂਟੀਜੈਂਸੀ ਫੰਡ ਆਫ ਇੰਡੀਆ ਕਾਂਟੀਜੈਂਸੀ ਫੰਡ ਆਫ ਇੰਡੀਆ ਕਿਹਦੇ ਆਰਟੀਕਲ ਅੰਡਰ ਆਉਂਦਾ ਜੀ 267 ਦੇ ਵਿੱਚ ਇਹਨੂੰ ਐਮਰਜੈਂਸੀ ਫੰਡ ਵੀ ਕਹਿੰਦੇ ਦੇਖੋ ਫੰਡ ਦੋ ਹੁੰਦੇ ਆ ਇੱਕ ਕਨਸੋਲੀਡੇਟਿਡ ਫੰਡ ਹੁੰਦਾ ਜੀ ਇੱਕ ਕਨਸੋਲੀਡੇਟਡ ਫੰਡ ਹੁੰਦਾ ਜੀ ਆਰਟੀਕਲ ਨੰਬਰ 266 ਦੇ ਵਿੱਚ ਹੁੰਦਾ ਇਹ ਤੇ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਦੋਸਤੋ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਸਰਕਾਰ ਦਾ ਅਧਿਕਾਰ ਹੁੰਦਾ ਇਹ ਕੋ ਹੁੰਦਾ ਜੀ ਆਰਟੀਕਲ ਨੰਬਰ 267 ਦੇ ਅੰਦਰ ਕੌਂਟੀਜੈਂਸੀ ਫੰਡ ਇਸ ਕੌਂਟੀਜੈਂਸੀ ਫੰਡ ਦੇ ਤੇ ਅਧਿਕਾਰ ਕੀ ਦਾ ਹੁੰਦਾ ਬੱਚੋ ਪ੍ਰੈਜ਼ੀਡੈਂਟ ਦਾ ਪ੍ਰੈਜ਼ੀਡੈਂਟ ਦਾ ਅਧਿਕਾਰ ਹੁੰਦਾ 267 ਨੰਬਰ ਦੇ ਅੰਦਰ ਕਿਹੜਾ ਹੁੰਦਾ ਜੀ ਕੌਂਟੀਜੈਂਸੀ ਫੰਡ ਹੁੰਦਾ ਹੈ ਪਿਆਰੇ ਦੋਸਤੋ ਪਿਆਰੇ ਸਾਥੀਓ ਇਹ ਗੱਲ ਨੂੰ ਯਾਦ ਰੱਖਿਓ ਅਗਲਾ ਕੁਐਸਚਨ ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਨਿਯੁਕਤੀਆਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਹੀਂ ਕੀਤੀਆਂ ਜਾਂਦੀਆਂ ਜੀ ਕਿਹੜੀਆਂ ਨਿਯੁਕਤੀਆਂ ਨਹੀਂ ਕੀਤੀਆਂ ਜਾਂਦੀਆਂ ਸਪੀਕਰ ਆਫ ਦਾ ਲੋਕ ਸਭਾ ਚੀਫ ਜਸਟਿਸ ਆਫ ਦਾ ਇੰਡੀਆ ਜਾਂ ਚੀਫ ਆਫ 에ਅਰ ਫੋਰਸ ਜਾਂ ਚੀਫ ਆਫ ਆਰਮੀ ਕਿਹਨੂੰ ਰਾਸ਼ਟਰਪਤੀ ਨਹੀਂ ਨਿਯੁਕਤ ਕਰਦਾ ਜੀ ਇਤਦੂ ਆਸਾਨ ਇਤਦੂ ਸੌਖਾ ਕੋਈ ਹੋ ਨਹੀਂ ਸਕਦਾ ਸਿੰਪਲ ਜੀ ਗੱਲ ਆ ਜੀ ਨਹੀਂ ਆ ਰਿਹਾ ਸਮਝ ਯੂ ਕੈਨ ਸੇ ਸੌਰੀ ਸਰ ਪਹਿਲਾਂ ਲਾਈਕ ਵਾਲਾ ਬਟਨ ਦਬਾਓ ਯਾਰ ਜਿਹੜੇ ਜਣੇ ਵੀ ਬੈਠੇ ਆ ਨਾ ਕਲਾਸ 'ਚ ਜਿੰਨੇ ਵੀ ਜਣੇ ਬੈਠੇ ਆ ਭਾਈ ਪਹਿਲਾ ਕੰਮ ਆ ਜੀ ਤੁਹਾਡਾ ਲਾਈਕ ਵਾਲਾ ਬਟਨ ਦਬਾਉਣਾ ਪਹਿਲਾ ਕੰਮ ਕੀ ਆ ਬੱਚੋ ਤੁਹਾਡਾ ਲਾਈਕ ਵਾਲਾ ਬਟਨ ਦਬਾ ਦਿਓ ਇੱਕ ਵਾਰੀ ਸ਼ਾਬਾਸ਼ ਚੱਕ ਦਿਓ ਫੱਟੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਇਹਦਾ ਉੱਤਰ ਆਏਗਾ ਜਿਹੜਾ ਸਪੀਕਰ ਆਫ ਲੋਕ ਸਭਾ ਨਾ ਉਹਨੂੰ ਰਾਸ਼ਟਰਪਤੀ ਨਹੀਂ ਚੁਣਦਾ ਉਹ ਸਪੀਕਰ ਨੂੰ ਰਾਸ਼ਟਰਪਤੀ ਬੱਚੋ ਨਹੀਂ ਚੁਣਦਾ ਹੈ ਕਿਉਂਕਿ ਸਪੀਕਰ ਨੂੰ ਭਾਈ ਕੀ ਕੀਤਾ ਜਾਂਦਾ ਚੂਜ਼ ਕੀਤਾ ਜਾਂਦਾ ਜੀ ਸਪੀਕਰ ਕੀ ਹੁੰਦਾ ਬੱਚੋ ਚੂਜ਼ਨ ਹੁੰਦਾ ਜੀ ਇਹ ਚੂਜ਼ਨ ਦੇ ਕੇ ਮੂਸੇ ਵਾਲਾ ਗਾਣਾ ਤਾਂ ਨਹੀਂ ਆਦਾ ਵੇ ਤੂੰ ਦੁਨੀਆ ਤੋਂ ਵਕਤ ਤੈਨੂੰ ਤਾਂ ਚੁਣਿਆ ਹੈ ਲੋਕ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਜੀ ਲੋਕ ਸਭਾ ਦੇ ਜਿਹੜੇ ਮੈਂਬਰ ਹੁੰਦੇ ਉਹ ਆਪਸ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਦੇ ਹੁੰਦੇ ਆ ਜੀ ਲੋਕ ਸਭਾ ਦੇ ਸਾਰੇ ਮੈਂਬਰ ਰਲ ਕੇ ਆਪਸ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਦੇ ਆ ਉਹਨੂੰ ਕੀ ਕਹਿੰਦੇ ਆ ਲੋਕ ਸਭਾ ਦਾ ਸਪੀਕਰ ਇਹ ਤੇ ਰਾਸ਼ਟਰਪਤੀ ਦਾ ਕੋਈ ਰੋਲ ਘੋਲਨੀ ਹੈ ਭਾਈ ਅਗਲਾ ਕੁਐਸਚਨ ਭਾਰਤ ਦੇ ਉੱਪਰ ਰਾਸ਼ਟਰਪਤੀ ਦੀ ਸਥਿਤੀ ਬਹੁਤ ਹੱਦ ਤੱਕ ਕਿਹੜੇ ਦੇਸ਼ ਦੇ ਉੱਪਰ ਰਾਸ਼ਟਰਪਤੀ ਦੀ ਸਥਿਤੀ ਦੇ ਨਾਲ ਮਿਲਦੀ ਜੁਲਦੀ ਹੈ ਜੀ ਕਿਹੜੇ ਦੇਸ਼ ਦੇ ਉਪਰਾਸ਼ਟਰਪਤੀ ਦੀ ਸਥਿਤੀ ਦੇ ਨਾਲ ਮਿਲਦੀ ਜੁਲਦੀ ਹੈ ਜੀ ਦੱਸੋ ਬੱਚਾ ਕੀ ਆਏਗਾ ਇਸ ਸਵਾਲ ਦਾ ਜਵਾਬ ਦੱਸੋ ਆਪਾਂ ਵਾਈਸ ਪ੍ਰੈਜ਼ੀਡੈਂਟ ਦਾ ਆਫਿਸ ਆ ਨਾ ਜਾਂ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਕਹਿ ਦਿੰਦੇ ਆਪਾਂ ਆਫਿਸ ਕਹਿ ਦਿੰਦੇ ਜੋ ਵੀ ਹੈ ਤੇ ਕੀ ਤੋਂ ਲੈ ਕੇ ਆਏ ਆ ਯੂਐਸਏ ਦੇ ਸੰਵਿਧਾਨ ਲਿਖੇ ਆ ਜੇ ਯੂਐਸਏ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਸੀ ਜੇ ਉੱਥੇ ਆਫਿਸ ਸੀ ਯੂਐਸਏ ਦੇ ਵਿੱਚ ਤੇ ਤਾਂ ਹੀ ਤਾਂ ਭਾਰਤ ਦੇ ਸੰਵਿਧਾਨ 'ਚ ਗੱਲ ਕੀਤੀ ਹੈ ਜੀ ਹਾਂ ਤੇ ਭਾਈ ਇਹਦਾ ਹਾਲਾਤ ਵੀ ਇੱਕੋ ਜਿਹਾ ਬਈ ਹੈ ਹੈ ਇਹਨਾਂ ਦੇ ਹਾਲਾਤ ਵੀ ਇੱਕੋ ਜਿਹੇ ਹੀ ਆ ਦੋਸਤੋ ਚਲੋ ਅਗਲਾ ਕੁਐਸਚਨ ਦੇਖੋ ਕਹਿੰਦੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰੀ ਨਿਯੁਕਤ ਕੀਤੇ ਜਾਣ ਵਾਲੇ ਰਾਜ ਸਭਾ ਦੇ ਮੈਂਬਰ ਕੌਣ ਸਨ ਰਾਜ ਸਭਾ ਦੇ ਵਿੱਚੋਂ ਪ ਕਿਸ ਨੂੰ ਬਣਾਇਆ ਗਿਆ ਸੀ ਦੋਸਤੋ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਇੰਦਰਾ ਗਾਂਧੀ ਜੀ ਨੂੰ ਮੁਰਾਰ지 ਦੇਸਾਈ ਨੂੰ ਜਾਂ ਚਰਨ ਸਿੰਘ ਨੂੰ ਰਾਜ ਸਭਾ ਦੇ ਵਿੱਚੋਂ ਦੇਖੋ ਰਾਜ ਸਭਾ ਦਾ ਮੈਂਬਰ ਹੋਵੇ ਭਾਵੇਂ ਲੋਕ ਸਭਾ ਦਾ ਮੈਂਬਰ ਹੋਵੇ ਅਲੀ ਜੀ ਬਲਾ ਭਾਈਓ ਐਮਪੀ ਹੋਣਾ ਚਾਹੀਦਾ ਬਸ ਕਿਸੇ ਦਾ ਮਰਜ਼ੀ ਮੈਂਬਰ ਹੋਵੇ ਅਲੀ ਜੀ ਬਰਾਬਰ ਰਾਸ਼ਟਰਪਤੀ ਬਣਨ ਦੇ ਔਰ ਸੌਰੀ ਪ੍ਰਧਾਨ ਮੰਤਰੀ ਬਣਨ ਦੇ ਚਲੋ ਦੱਸੋ ਇਸ ਸਵਾਲ ਦਾ ਜਵਾਬ ਆਪਾਂ ਕਲਾ ਦੀ ਸ਼ੁਰੂਆਤ ਚ ਗੱਲ ਕੀਤੀ ਸੀ ਨਾ ਵੀ ਦੇਖੋ ਜਦੋਂ ਤੁਹਾਡੇ ਹਾਲਾਤ ਬਦਲਦੇ ਹਨ ਲੋਕਾਂ ਦੀਆਂ ਗੱਲਾਂ ਲੋਕਾਂ ਦੀਆਂ ਬੋਲੀਆਂ ਲੋਕਾਂ ਦਾ ਤੌਰ ਤਰੀਕਾ ਤੁਹਾਡਾ ਆਪਣੇ ਆਪ ਬਦਲ ਜਾਂਦਾ ਮੇਰੇ ਕਹਾਣੀ ਯਾਦ ਆਉਂਦੀ ਹੈ ਇੱਕ ਵਾਰੀ ਨੇ ਇੱਕ ਸੇਠ ਸੀ ਉਹ ਸੇਠ ਨਾ ਜਦੋਂ ਭਾਈ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਦੁਕਾਨ ਬੰਦ ਕਰਕੇ ਉਹ ਸੇਠ ਜਾ ਰਿਹਾ ਸੀ ਤਾਂ ਉਹਨੂੰ ਜਿਹੜਾ ਵੀ ਬੰਦਾ ਮਿਲਿਆ ਕਰੇ ਨਾ ਉਹਨੂੰ ਕਹਿਆ ਕਰੇ RAM RAM ਸੇਠ ਜੀ ਅਗਰ RAM RAM ਕੋਈ ਨਹੀਂ ਦੇ ਦੂੰਗਾ ਤੁਹਾਡੀ RAM RAM ਅੱਗੇ ਤੇ ਅੱਗੇ ਫੇਰ ਗਿਆ ਅਗਲੇ ਮੋੜ ਤੇ ਭਾਈ ਉਹ ਕਹਿੰਦੇ ਸੇਠ ਜੀ RAM RAM ਕੋਈ ਨਹੀਂ ਕਹਿ ਦੂੰਗਾ ਮੈਂ ਅੱਗੇ ਫਿਰ ਥੋੜਾ ਜਿਹਾ ਹੋਰ ਜਾਂਦਾ ਸੇਠ ਜੀ RAM RAM ਕਹਿ ਦੂੰਗਾ ਕਹਿ ਦੂੰਗਾ ਮੈਂ ਫੇਰ ਕਹਿੰਦਾ ਅੱਗੇ ਜਾਂਦਾ ਫੇਰ ਕਹਿੰਦਾ ਸੇਠ ਜੀ RAM RAM ਕੋਈ ਨਾ ਕੋਈ ਨਾ ਕਹਿ ਦੂੰਗਾ ਮੈਂ ਪਿੱਛੇ ਕੋ ਭਾਈ ਪੜਿਆ ਲਿਖਿਆ ਮੁੰਡਾ ਤਰਿਆ ਹੁੰਦਾ ਸੀ ਉਹਨੂੰ ਲੱਗਿਆ ਰ ਸੇਠ ਦੇ ਵਿੱਚ ਕਿੰਨਾ ਹੰਕਾਰ ਆ ਕਿੰਨਾ ਮਾਣ ਆ ਇਹਦੇ ਅੰਦਰ ਨਾ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ ਲੋਕ ਝੁੱਕ ਝੁੱਕ ਕੇ ਰਾਮ ਰਾਮ ਕਰ ਰਹੇ ਨੇ ਕਿਸੇ ਨੂੰ ਰਾਮ ਰਾਮ ਦਾ ਜਵਾਬ ਰਾਮ ਰਾਮ ਚ ਨਹੀਂ ਦਿੱਤਾ ਤੇ ਕਹਿੰਦਾ ਮੈਂ ਕਹਿ ਰ ਕਹਿ ਦੂੰਗਾ ਜਾ ਕੇ ਤੇ ਸੇਠ ਨੂੰ ਜਾ ਕੇ ਕਹਿੰਦਾ ਭਾਈ ਤੇਰੀ ਕੀ ਹਵਾ ਖਰਾਬ ਹੋਈ ਏ ਤੂੰ ਐ ਕਾ ਤੋ ਟਰੀਟ ਕਰ ਰਹੇ ਆ ਲੋਕਾਂ ਨਾਲ ਘਟੋ ਘਟ ਜਵਾਬ ਤਾਂ ਉਹਨਾਂ ਦੀ ਗੱਲ ਦਾ ਦੇ ਦੇ ਉਹ ਕਹਿੰਦਾ ਜੀ ਗੱਲ ਹੈਗੀ ਐ ਇਹਨਾਂ ਨੇ ਰਾਮ ਰਾਮ ਮੈਨੂੰ ਨਹੀਂ ਬੁਲਾਈ ਉਹ ਕਹਿੰਦੇ ਭਰਾਵਾ ਤੈਨੂੰ ਹੀ ਬੁਲਾਈ ਆ ਮੈਂ ਪਿੱਛੋਂ ਦੇਖਦਾ ਹਾਂ ਨਾ ਤੈਨੂੰ 50 ਜਣੇ ਆ ਰਾਮ ਰਾਮ ਬੁਲਾਈ ਤੂੰ ਕਿਉਂ ਜਵਾਬ ਨਹੀਂ ਦਿੰਦਾ ਕਹਿੰਦਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੈਂ ਗਰੀਬ ਸੀ ਮੈਨੂੰ ਇਹਨਾਂ ਚੋਂ ਕਿਸੇ ਨੇ ਰਾਮ ਰਾਮ ਨਹੀਂ ਬੁਲਾਈ ਸੀ ਇਹਨਾਂ ਚੋਂ ਮੈਨੂੰ ਕਿਸੇ ਨੇ ਸਸਰੀਕਾਲ ਨਹੀਂ ਬੁਲਾਈ ਸੀ ਇਹ ਅੱਜ ਬੁਲਾਉਂਦੇ ਆ ਕਿਉਂਕਿ ਅੱਜ ਮੇਰੀ ਤਜੋਰੀ ਦੇ ਵਿੱਚ ਪੈਸਾ ਹੈਗਾ ਅੱਜ ਮੇਰੇ ਕੋਲੇ 4 ਰੁਪਏ ਨੇ ਅੱਜ ਮੇਰੀ ਹੈਸੀਅਤ ਆ ਅੱਜ ਮੇਰਾ ਥੋੜਾ ਜਿਹਾ ਲੈਵਲ ਉੱਪਰ ਆ ਤੇ ਅੱਜ ਮੈਨੂੰ ਤਾਂ ਸਾਰੇ ਜਣੇ ਰਾਮ ਰਾਮ ਬੁਲਾਉਂਦੇ ਆ ਤੇ ਕਹਿੰਦਾ ਮੈਂ ਇਹਨਾਂ ਦੀ ਰਾਮ ਰਾਮ ਨਾ ਜਾ ਕੇ ਜਿਹੜੀ ਮੈਨੂੰ ਰਾਮ ਰਾਮ ਕਹਿੰਦੇ ਇਹਦੀ ਸਾਰੀ ਰਾਮ ਰਾਮ ਜਾ ਕੇ ਮੈਂ ਹੱਥ ਨੇ ਤਜੋਰੀ ਖੋਲਦਾ ਤਜੋਰੀ ਨੂੰ ਜਾ ਕੇ ਕਹਿੰਦਾ ਵੀ ਸਾਰੇ ਮਹੱਲੇ ਨੇ ਭਾਈ ਤੈਨੂੰ ਰਾਮ ਰਾਮ ਭੇਜੀ ਐ ਐਕਸੈਪਟ ਕਰ ਲਾ ਕੁੱਲ ਮਲਾਕੇ ਤੁਹਾਡੀ ਹਾਇਸੀਅਤ ਦੇ ਨਾਲ ਹੱਥ ਮਿਲਾਇਆ ਜਾਂਦਾ ਤੁਹਾਡੇ ਨਾਲ ਕੋਈ ਹੱਥ ਨਹੀਂ ਬੁਲਾਉਂਦਾ ਇੰਦਰਾ ਗਾਂਧੀ ਪਹਿਲੀ ਬੰਦੀ ਸੀ ਭਾਈ ਪਹਿਲਾ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ ਜਿਹੜਾ ਐ ਕਿੱਥੋਂ ਆਇਆ ਸੀ ਰਾਜ ਸਭਾ ਦੇ ਵਿੱਚੋਂ ਮਨਮੋਨ ਸਿੰਘ ਦੀ ਵੀ ਰਾਜ ਸਭਾ ਦੇ ਵਿੱਚੋਂ ਆਏ ਸੀ ਬੱਚੋ ਠੀਕ ਹੈ ਪੈਸੇ ਨੂੰ ਰਾਮ ਰਾਮ ਬੁਲਾਉਂਦਾ ਅਗਲਾ ਇਹ ਗੱਲ ਯਾਦ ਰੱਖਿਓ ਅੱਜ ਤੁਹਾਡੇ ਕੋਲ ਚਾਰ ਪੈਸੇ ਹੋਣ ਤੁਹਾਡੇ ਰਿਸ਼ਤੇ ਦੇ ਜਿਹੜੇ ਰੁੱਸੇ ਹੋਏ ਹਨ ਉਹ ਵੀ ਤੁਹਾਡੇ ਕੋਲ ਬੰਦਾ ਹੀ ਬੜਾ ਕੈਂਟ ਦਾ ਬੰਦਾ ਬਹੁਤ ਚੰਗਾ ਸੀ ਇਹ ਤਾਂ ਫਲਾਣੇ ਨੇ ਸਾਡਾ ਫਰਕ ਪਵਾਤਾ ਸਾਡੇ ਤਾਂ ਬਹੁਤ ਪਿਆਰ ਸੀ ਆਪਸ ਵਿੱਚ ਚਾਰ ਪੈਸੇ ਆ ਜਾਣ ਅੱਜ ਤੁਸੀਂ ਨੰਗ ਮੰੰਗ ਹੋ ਜੋ ਉਹ ਬੰਦਾ ਭਰਾਵਾ ਬਚ ਕੇ ਰਹੀ ਇਹ ਤਾਂ ਫੋਨ ਨਾ ਚੱਕ ਕੇ ਪੈਸੇ ਮੰਗੂ ਰਹਿੰਦੇ ਸਾਇਲੈਂਟ ਕਰਦੇ ਨਹੀਂ ਚੱਕਣਾ ਸਿੰਪਲ ਤੇ ਸਧਾਰਨ ਜੀ ਗੱਲ ਹੈ ਜੀ ਇਹ ਦੁਨੀਆ ਇਦਾਂ ਹੀ ਚੱਲਦੀ ਹੈ ਬਾਈ ਆਪਦੇ ਕੈਰੀਅਰ ਦੇ ਵੱਲ ਧਿਆਨ ਦਿਓ ਲੋਕਾਂ ਦੇ ਸਾਹਮਣੇ ਆਪਦੇ ਆਪ ਨੂੰ ਮਹਾਤਮਾ ਬੁੱਧ ਨਾ ਬਣਾਓ ਕੋਈ ਫਾਇਦਾ ਨਹੀਂ ਕੋਈ ਨਹੀਂ ਤੁਹਾਨੂੰ ਚੰਗਾ ਕਹਿੰਦਾ ਸਿੱਧੀ ਜੀ ਗੱ ਮਿਹਨਤ ਕਰੋ ਤੇ ਮਿਹਨਤ ਕਰਨ ਤੋਂ ਬਾਅਦ ਆਪਦੇ ਟਾਰਗੇਟ ਜੋ ਸੋਚੇ ਹੋਏ ਆ ਜੋ ਗੋਲ ਸੋਚੇ ਹੋਏ ਉਹਨਾਂ ਦੇ ਵੱਲ ਵਧਦੇ ਜਾਓ ਲਗਾਤਾਰ ਮਿਹਨਤ ਕਰਦੇ ਰਹੋ ਜਦੋਂ ਕਹਿੰਦੇ ਜੋਇੰਟ ਸੈਸ਼ਨ ਹੈ ਜਦੋਂ ਪ੍ਰਧਾਨਗੀ ਕੌਣ ਕਰਦਾ ਉਹਦੋਂ ਪ੍ਰਧਾਨਗੀ ਕਰਦਾ ਜੀ लोकसभा ਦਾ ਸਪੀਕਰ ਜੁਆਇੰਟ ਸੈਸ਼ਨ ਦੀ ਪ੍ਰਧਾਨਗੀ ਲੋਕਸਭਾ ਦਾ ਸਪੀਕਰ ਕਰਦਾ ਪਿਆਰੇ ਦੋਸਤੋ ਹੁਣ ਕਈਆਂ ਨੇ ਏਮ ਸੋਚਿਆ ਹੋ ਕਈਆਂ ਨੇ ਭਾਈ ਸੁਪਨਾ ਸੋਚਿਆ ਹੋਣਾ ਇਸ ਸਾਲ ਨਾ ਆਪਾਂ ਨੌਕਰੀ ਲੈ ਲੈਣੀ ਆ ਆਪਦੀ ਕਿਉਂਕਿ ਹਰੇਕ ਦਾ ਅਲੱਗ-ਅਲੱਗ ਡ੍ਰੀਮ ਹੈ ਕਿ ਇਹਦਾ ਡ੍ਰੀਮ ਆ ਮੈਂ ਇੰਡੀਅਨ ਟੀਮ ਲਈ ਕ੍ਰਿਕਟ ਖੇਡਣਾ ਹੈ ਕਿ ਇਹਦਾ ਡੀਮਾ ਡ੍ਰੀਮ ਆ ਮੈਂ ਫੁੱਟਬਾਲ ਖੇਡਣਾ ਕਿ ਇਹਦਾ ਡ੍ਰੀਮ ਆ ਮੈਂ ਬਿਜ਼ਨਸ ਚ ਅੱਗੇ ਜਾਣਾ ਕਿ ਇਹਦਾ ਡ੍ਰੀਮ ਆ ਜੀ ਮੈਂ ਖੇਤੀਬਾੜੀ ਚ ਅੱਗੇ ਜਾਣਾ ਹਨਾ ਜੋ ਵੀ ਤੁਹਾਡਾ ਸੁਪਨਾ ਜਿਹੜੇ ਸਰਕਾਰੀ ਨੌਕਰੀ ਵਾਲੇ ਇਸ ਚੈਨਲ ਤੇ ਮੈਨੂੰ ਫੋਲੋ ਕਰ ਰਹੇ ਮੇਰੀ ਗੱਲ ਨੂੰ ਤੁਹਾਡੇ ਕੋਲੇ ਮੌਕੇ ਹੈਗੇ ਹੋ ਸਕਦਾ ਕਿਸੇ ਨੂੰ 2 ਮਹੀਨੇ ਬਾਅਦ ਚ ਕਾਮਯਾਬੀ ਮਿਲੇ ਕਿਸੇ ਨੂੰ 2 ਮਹੀਨੇ ਪਹਿਲਾਂ ਕਾਮਯਾਬੀ ਮਿਲੇ ਅੱਜ ਤੋਂ 10 15 ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਮੈਂ ਉਹੀ ਗੱਲਾਂ ਕਰਦਾ ਸੀ ਮੈਂ ਅੱਜ ਵੀ ਉਹੀ ਗੱਲ ਕਰੂੰਗਾ ਧਿਆਨ ਨਾਲ ਸੁਣੋ ਮੈਂ ਤੁਹਾਨੂੰ ਕਿਹਾ ਸੀ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਵੈਕੈਂਸੀਆਂ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਯਾਦ ਆ ਤੁਹਾਡੇ ਆਪਣੀ ਗੱਲ ਹੋਈ ਸੀ ਕਲਾਸ ਦੇ ਵਿੱਚ ਤੇ ਕਿਹੜੀਆਂ ਕਿਹੜੀਆਂ ਵੈਕੈਂਸੀਆਂ ਸੀ ਉਹ ਵੈਕੈਂਸੀਆਂ ਸੀ ਵੀਡੀਓ ਦੀਆਂ ਮੈਂ ਕਿਹਾ ਸੀ ਆਊਗੀ ਉਹ ਬਾਕੀ ਹੈ ਪਟਵਾਰੀ 586 ਉਹ ਮੁੱਖ ਮੰਤਰੀ ਸਾਹਿਬ ਕਹਿ ਚੁੱਕੇ ਬਹੁਤ ਜਲਦੀ ਆਉਣ ਵਾਲੀ ਹੈ ਜੇਲ੍ਹ ਬਾਰਡਰ ਪਲੱਸ 2 ਦੇ ਬੇਸ ਤੇ ਇਹ ਵੀ ਆਉਣੀ ਹੈ ਜੀ ਲੈਬ ਅਟੈਂਡੈਂਟ ਦੀ ਵੈਕੈਂਸੀ ਕਾ ਚੁੱਕੀ ਹੈ ਹੋਰ ਆਉਣੀ ਆ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋਣਾ ਸਬ ਇੰਸਪੈਕਟਰ ਸਬ ਇੰਸਪੈਕਟਰ ਦੇ ਬਾਅਦ ਪੰਜਾਬ ਪੁਲਿਸ ਕਾਂਸਟੇਬਲ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਪੰਜਾਬ ਪੁਲਿਸ ਵਿੱਚ ਏਐਸਆਈ ਇੰਸਪੈਕਟਰ ਤੇ ਸਾਰੀਆਂ ਵੈਕੈਂਸੀ ਜਿਹੜੀਆਂ ਬਹੁਤ ਜਲਦੀ ਵੇਖਣ ਨੂੰ ਮਿਲ ਰਹੀਆਂ ਸੀਨੀਅਰ ਅਸਿਸਟੈਂਟ ਦੀ ਵੈਕੈਂਸੀ ਜਿਹੜੀ ਆ ਚੁੱਕੀ ਹੈ 28 ਤਰੀਕ ਨੂੰ ਪੇਪਰ ਆ ਪੰਜਾਬ 'ਚ ਸਭ ਦੀ ਵੈਕੈਂਸੀ ਹੌਲੀ ਹੌਲੀ ਇੱਕ ਇੱਕ ਕਰਕੇ ਤੁਹਾਨੂੰ ਵੇਖਣ ਨੂੰ ਮਿਲੇਗੀ। ਅਗਰ ਅਗਰ ਤੁਹਾਡਾ ਮਨ ਹੈ ਤੁਹਾਡੀ ਇੱਛਾ ਹੈ ਤਿਆਰੀ ਕਰਨ ਦੀ ਤਾਂ ਇਹਨਾਂ ਸਾਰੀਆਂ ਵੈਕੈਂਸੀ ਦੀ ਤਿਆਰੀ ਵਧੀਆ ਤਰੀਕੇ ਨਾਲ ਸਲੋ ਦੇ ਵਿੱਚ ਗਾਈਡੈਂਸ ਦੇ ਨਾਲ ਟਾਈਮ ਟੇਬਲ ਦੇ ਨਾਲ ਪ੍ਰੋਪਰ ਨੋਟਸ ਦੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਰੀਆਂ ਵੈਕੈਂਸੀਸ ਦੇ ਬੈਚ अवेलेबल ਨੇ ਜੀ ਅਡਾ 24/7 ਦੀ ਐਪ ਦੇ ਉੱਤੇ ਸਾਰੀਆਂ ਵੈਕੈਂਸੀ ਦੇ ਜਿਨੀਆਂ ਵੈਕੈਂਸੀਆਂ ਬੋਲੀਆਂ ਹਲੇ ਪੀਐਸਟੈਟ ਮਿਸਿੰਗ ਆ, ਆਈਟਟੀਟੀ ਮਿਸਿੰਗ ਆ ਸਾਰੇ ਬੈਚ ਇਹਦੇ ਵਿੱਚ ਇਨਕਲੂਡ ਨੇ ਬੱਚੋ ਸਾਰੀਆਂ ਬੈਚਾਂ ਦੀਆਂ ਟੈਸਟ ਸੀਰੀਜ਼ ਇਨਕਲੂਡ ਨੇ ਸਭ ਕੁਝ ਤੁਸੀਂ ਲੈ ਸਕਦੇ ਹੋ ਸਾਰੇ ਨਦੀ ਅਲੱਗ ਅਲੱਗ ਫੀਸ ਭਰਨੀ ਪੈਗੀ ਬੱਚੋ ਅਲੱਗ ਅਲੱਗ ਫੀਸ ਭਰਨ ਦੀ ਲੋੜ ਨਹੀਂ ਹੈ ਆਪਣੀ ਕਲਾਸ ਜਿੱਦਾਂ ਸ਼ੁਰੂ ਹੋਈ ਨਾ ਉਹ ਕਲਾਸ ਦੇ ਚੱਲਦੇ ਦੌਰਾਨ ਇੱਕ ਆਫਰ ਆਇਆ ਜੀ ਤੁਹਾਡੇ ਸਾਰਿਆਂ ਦੇ ਵਾਸਤੇ ਜਿਹੜੇ ਬੱਚੇ ਹਰ ਰੋਜ਼ ਪੰਜਾਬ ਅੱਡਾ ਨੂੰ ਦੇਖਦੇ ਹਨ ਉਹਨੂੰ ਪਤਾ ਵੀ ਪੰਜਾਬ ਦੇ ਵਿੱਚ ਅਗਰ ਸਾਰੇ ਪੇਪਰਾਂ ਦੀ ਤਿਆਰੀ ਕਰਨੀ ਹੈ ਤਾਂ ਬੱਚਿਆਂ ਦੀ ਇੱਕ ਡਿਮਾਂਡ ਹੈ ਜੀ ਪੰਜਾਬ ਮਹਾਪੈਕ ਜਿਹੜਾ ਪੰਜਾਬ ਮਹਾਪੈਕ ਆਉਣ ਵਾਲੇ 1 ਸਾਲ ਵਾਸਤੇ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ 3219 ਰੁਪਏ ਦੇ ਵਿੱਚ ਹੋ ਜਾਂਦੀ ਹੈ ਜੀ ਉਹ ਪੰਜਾਬ ਦਾ ਮਹਾਪੈਕ ਅਪੜੀ ਕਲਾਸ ਤੋਂ ਜਸਟ ਬਾਅਦ ਅਗਰ ਤੁਸੀਂ ਚੈੱਕ ਕਰੋਗੇ ਤੇ ਪੰਜਾਬ ਦਾ ਮਹਾਪੈਕ ਬੱਚੋ 1840 ਰੁਪਏ ਦੇ ਵਿੱਚ ਮਿਲ ਰਿਹਾ ਪੂਰੇ 2 ਸਾਲਾਂ ਦੇ ਵਾਸਤੇ ਯਾਦ ਰੱਖਿਓ ਡਿਸਕਾਊਂਟ ਕੂਪਨ ਕੋਡ Y679 ਲਾਉਣਾ ਜੀ Y679 ਪਿਆਰੇ ਦੋਸਤੋ Y679 ਜਿਨ੍ਹਾਂ ਦਾ ਇੱਛਾ ਹੈ ਜਿਨ੍ਹਾਂ ਦਾ ਮਨ ਹੈ ਸਰ ਜੀ ਤੁਹਾਡੀ ਗਾਈਡੈਂਸ ਚਾਹੀਦੀ ਹੈ ਜੀ ਰਿਕਾਰਡਡ ਲਾਈਵ ਕਲਾਸਾਂ ਚਾਹੀਦੀਆਂ ਸਿਲੈਕਟਡ ਸਟੂਡੈਂਟਸ ਦੇ ਨਾਲ ਗੱਲਬਾਤ ਹੋਵੇ ਸਾਰੇ ਬੈਚ ਪੀਡੀਐਫ ਟੈਸਟ ਸੀਰੀਜ਼ ਪਲਾਨਿੰਗ ਤੇ ਟਾਈਮ ਟੇਬਲ ਦੇ ਸੈਸ਼ਨ ਚਾਹੀਦੇ ਆ ਉਹ ਕੂਪਨ ਕੋਡ ਪਿਆਰੇ ਦੋਸਤੋ ਗਲਤ ਨਾ ਲਗਾਇਓ ਮਹਾਪੈਕ ਦੇ ਤੇ ਆਫਰ ਜਿਹੜਾ ਆ ਚੁੱਕਿਆ ਡਿਸਕਾਊਂਟ ਕੂਪਨ ਕੋਡ ਯਾਦ ਰੱਖਿਓ Y679 Y679 ਆਰੇ ਦੋਸਤੋ ਯਾਦ ਰੱਖਿਓ ਮਹਾਪੈਗ ਨੂੰ انرੋਲ ਕਿਦਾਂ ਕਰਨਾ ਕੀ ਕੋਚੇ ਦੇ ਵਿੱਚ ਮਿਲ ਰਿਹਾ Y679 ਦੇ ਕੀ ਕੀ ਫਾਇਦੇ ਆ ਸੁਣ ਕੇ ਜਾਇਓ ਜਰਾ 2 ਮਿੰਟ ਦਾ ਸਮਾਂ ਲੱਗੇਗਾ ਆਪੋ ਆਪਣੇ ਫੋਨ 'ਚ ਕਰਨਾ ਕੀ ਹੈ ਜੀ ਅਡਾ 247 ਦੀ ਐਪ ਨੂੰ ਡਾਊਨਲੋਡ ਕਰ ਲਿਓ ਜਦੋਂ ਅਡਾ ਦੀ ਐਪ ਨੂੰ ਤੁਸੀਂ ਡਾਊਨਲੋਡ ਕਰ ਲਿਆ ਅਡਾ ਦੀ ਐਪ ਦੇ ਵਿੱਚ ਜਾ ਕੇ ਉਹ 'ਚ ਸਟੇਟ ਐਗਜ਼ਾਮ ਚੁਣ ਲਿਓ ਸਟੇਟ ਐਗਜ਼ਾਮ ਚੁਣ ਲਿਆ ਤੇ ਸਟੇਟ ਐਗਜ਼ਾਮ ਦੇ ਵਿੱਚ ਜਾ ਕੇ ਭਾਈ ਉਹਦੇ 'ਚ ਪੰਜਾਬ ਚੁਣ ਲਿਓ ਪੰਜਾਬ 'ਚ نیچے ਸਟੋਰ ਲਿਖਿਆ ਹੋਇਆ ਹੈਗਾ ਜਮਾ ਸੱਜਾ ਸੱਜਿਆ ਤਾਂ ਥੱਲੇ-ਥੱਲੇ ਖੁੰਝੇ ਜਣਾ ਇੱਕ ਰੇੜੀ ਬਣੀ ਨੇ ਰੀ ਮਾਲ 'ਚ ਦਿੰਦੇ ਹੁੰਦੇ ਸ਼ਾਪਿੰਗ ਕਰਨ ਨੂੰ ਉਸ ਰੇੜੀ ਤੇ ਕਲਿੱਕ ਕਰੋਗੇ ਸਾਹਮਣੇ ਲਿਖਿਆ ਹੋਇਆ ਹੈਗਾ ਪੰਜਾਬ ਮਹਾਪੈਕ ਆ ਰਿਹਾ ਜੀ ਪੰਜਾਬ ਮਹਾਪੈਕ ਤੇ ਮੈਂ ਕਲਿੱਕ ਕੀਤਾ ਆ ਜਾਮਣੀ ਜੀ ਫ 3300 ਹੋ ਰਹੀ ਸੀ ਮੇਰੀ ਕਲਾਸ ਤੋਂ ਪਹਿਲਾਂ ਵੀ 3300 ਸੀ 1999 ਹੋ ਚੁੱਕੀ ਹੈ ਇਹ ਤੇ ਕਲਿੱਕ ਕਰ ਦਿਓ ਜੀ ਹਲੇ ਹੋਰ ਹਲੇ ਹੋਰ ਆਫਰ ਸੁਣ ਲਓ ਜਦੋਂ ਇਹ ਤੇ ਕਲਿੱਕ ਕੀਤਾ ਇਹਨੂੰ 1999 ਦਾ ਨਾਲ ਲੈਓ ਸਾਰੇ ਲੈ ਕਿਓਗੇ ਮੋਰ ਆਫਰਸ ਇਹ ਐਂਡਰੋਇਡ ਵਾਲਿਆਂ ਕੋਲੇ ਹੁੰਦਾ ਆਪਲ ਦੇ ਫੋਨ ਵਾਲਿਆਂ ਨੂੰ ਜਾਣ ਦੀ ਲੋੜ ਨਹੀਂ ਆਪਲ ਵਾਲੇ ਫੋਨ ਵਾਲੇ ਬ੍ਰਾਊਜ਼ਰ ਤੇ ਜਾ ਕੇ ਲੈਣਗੇ ਠੀਕ ਹੈ ਉਹ ਨੀਚੇ ਲਿਖਿਓਗੇ ਮੋਰ ਆਫਰਸ ਉਸ ਮੋਰ ਆਫਰ ਤੇ ਕਲਿੱਕ ਕਰਿਓ ਤੇ ਖਾਲੀ ਡੱਬੀ ਦੇ ਵਿੱਚ ਲਿਖ ਦਿਓ Y679 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 ਪਿਆਰੇ ਦੋਸਤੋ ਇਹ ਜਦੋਂ ਤੁਸੀਂ ਕੂਪਨ ਕੋਡ ਐਂਟਰ ਕਰ ਦਿੱਤਾ ਤੇ ਪੰਜਾਬੀ ਦਾ ਮਹਾਪੈਕ ਤੁਹਾਨੂੰ ਦਿਖੇਗਾ 1840 ਰੁਪਏ ਦੇ ਵਿੱਚ ਕਿੰਨੇ ਦੇ ਵਿੱਚ 1840 ਦੇ ਵਿੱਚ ਹਲੇ ਰੁਕੋ ਜਿਹੜੇ ਐਂਡਰੋਇਡ ਫੋਨ ਵਾਲੇ ਆ ਉਹਨਾਂ ਕੋਲੇ ਸਾਹਮਣੇ ਲਿਖਿਆ ਹੋਇਆ ਹੈ ਯੂਜ਼ ਕੋਇਨਸ ਇਹਨਾਂ ਕੋਇਨ ਦੀ ਵਰਤੇ ਕਰ ਲਿਓ ਤੇ ਪੰਜਾਬ ਦਾ ਮਹਾਪੈਕ 1760 ਰੁਪਏ ਚ ਮਿਲੇਗਾ ਜੀ ਪੂਰੇ 2 ਸਾਲਾਂ ਵਾਸਤੇ ਬਸ ਕੂਪਨ ਕੋਡ ਗਲਤ ਨਾ ਲਗਾਇਓ Y679Y679 ਕੂਪਨ ਕੋਡ ਯਾਦ ਰੱਖਿਓ ਮੀਂਹ ਦੀ ਰੀ ਤੂਫਾਨ ਝੱਖੜ ਫੋਨ ਵੀਡੀਓ ਕਾਲ ਜੋ ਮਰਜ਼ੀ ਆਵੇ ਕੂਪਨ ਕੋਡ Y 679 ਲਾਉਣਾ ਹੈ ਤਾਂ ਕਿ ਤੁਹਾਡਾ ਕੋਈ ਇੱਕ ਆਨਲਾਈਨ ਗਾਰਡੀਅਨ ਹੋ ਸਕੇ ਤੁਸੀਂ ਕਹਿ ਸਕੋ ਮਨੂਸਰ ਦੇ ਕਹਿੰਦੇ ਪੈਸੇ ਖਰਚ ਕੀਤੇ ਸੀ ਸਾਨੂੰ ਸਾਡੇ ਪੈਸਿਆਂ ਦਾ ਪੂਰਾ ਮੁੱਲ ਮੁੜਿਆ ਜੀ ਯਾਦ ਰੱਖਿਓ ਕੂਪਨ ਕੋਡ ਗਲਤ ਨਾ ਲਗਾਇਓ Y679 Y679 ਕੀ ਕੁਝ ਮਿਲ ਰਿਹਾ ਪੰਜਾਬ ਦੇ ਮਾਪੇਕ ਦੇ ਵਿੱਚ ਪੰਜਾਬ ਦੇ ਮਾਪੇਕ ਦੇ ਬੱਚੋ ਕੀ ਕੁਝ ਮਿਲ ਰਿਹਾ ਯਾਦ ਰੱਖਿਓ ਅਗਰ ਤੁਸੀਂ Y679 ਕੂਪਨ ਕੋਡ ਲਗਾ ਦਿੱਤਾ ਤਾਂ ਕੀ ਕੁਝ ਨਾਲ ਲੈ ਕੇ ਜਾਓਗੇ ਸੁਣ ਲਓ ਗੱਲ ਜਦੋਂ V679 ਤੁਸੀਂ ਲਾ ਦਿੱਤਾ ਪਿਆਰੇ ਦੋਸਤੋ 1500 ਘੰਟੇ ਦੀਆਂ ਆਨਲਾਈਨ ਲਾਈਵ ਕਲਾਸਾਂ ਜਿੰਨੇ ਵੀ ਅਗਲੇ 2 ਸਾਲਾਂ ਚ ਬਾਅਦ ਸ਼ੁਰੂ ਹੋਣਗੇ ਸਾਰੇ ਮਿਲਣਗੇ 2008 ਟੈਸਟ ਸੀਰੀਜ਼ ਬਾਬੂ ਭయ్యా ਖੇਲ ਇੱਥੇ ਆ ਸਾਰਾ ਸਾਰੀਆਂ ਟੈਸਟ ਸੀਰੀਜ਼ ਵਿੱਚ ਹੀ ਮਿਲ ਜਾਣਗੀਆਂ 99 ਈ-ਬੁੱਕਸ ਮੈਂ ਅਰੀਜ਼ਨਿੰਗ ਇੰਗਲਿਸ਼ ਜੀਕੇ ਜਿੰਨੀ ਮਰਜ਼ੀ ਪੜੋ ਭਾਈ 99 e-books ਦੀਆਂ PDF ਦੇ ਵਿੱਚ ਪਈਆਂ ਨੇ ਪੜ ਲਿਓ 2163 ਰਿਕਾਰਡਡ ਵੀਡੀਓਜ਼ ਕਿਸੇ ਦੀ ਮੰਨਤਾ ਕਰਨ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਮੈਂ ਪਰਸੈਂਟੇਜ ਕਰਨਾ ਮੈਂ ਪ੍ਰੋਫਿਟ ਲਾਸ ਕਰਨਾ ਮੈਂ ਪੋਲੀਟੀ ਕਰਨਾ ਮੈਂ ਹਿਸਟਰੀ ਕਰਨਾ ਪੰਜ ਪੰਜ ਛੇ ਛੇ ਟੀਚਰਸ ਦੀਆਂ ਵੀਡੀਓਜ਼ ਦੇ ਵਿੱਚ ਐਕਸਟਰਾ ਪਈਆਂ ਲਾਈਵ ਹੈ ਜਿਹੜੇ ਸ਼ੁਰੂ ਆਏ ਕਰਨਗੇ ਉਹ ਤਾਂ ਮਿਲਦੇ ਰਹਿਣਗੇ ਰਿਕਾਰਡਡ ਵਿੱਚਾਂ ਦੀ ਗੱਲ ਕਰ ਰਿਹਾ ਜਮਾਂ ਕਨਫਿਊਜ਼ ਨਹੀਂ ਹੋਣਾ ਕਿਸੇ ਦੀ ਮੰਨਤਾ ਤਰਲੇ ਨਹੀਂ ਕਰਨੇ ਸਭ ਕੁਝ ਇਹਦੇ ਵਿੱਚ ਪਿਆ ਬਸ 쿠ਪਨ ਕੋਡ ਯਾਦ ਰੱਖਿਓ Y679 쿠ਪਨ ਕੋਡ Y679 ਲੋਣਾ ਆਫਰ ਲਿਮਟਡ ਸਟੂਡੈਂਟਸ ਦੇ ਲਈ ਤੇ ਲਿਮਟਡ ਸਮੇਂ ਦੇ ਲਈ ਆ ਪਿਆਰੇ ਦੋਸਤੋ ਹੁਣੇ ਜਾਓ ਅਡਾ ਦੀ ਐਪ ਦੇ ਉੱਤੇ ਜਾ ਕੇ ਕੂਪਨ ਕੋਡ ਲਗਾ ਕੇ ਬੈਚ ਨੂੰ ਲੈ ਸਕਦੇ ਹੋ ਕੱਲ ਨੂੰ ਹੋ ਸਕਦਾ ਇਹਹੀ ਬੈਚ 3219 ਰੁਪਈਆ ਦਾ ਮਿਲੇ 1 ਸਾਲ ਵਾਸਤੇ ਮਿਲੇ ਤੇ ਭਾਈ ਫਿਰ ਉਹ ਗੱਲ ਆ ਵੀ ਕਿਉਂ ਵੇਟ ਕਰਨਾ ਜਦੋਂ 1760 ਰੁਪਏ ਖਰਚ ਕੇ 2 ਸਾਲਾਂ ਵਾਸਤੇ ਸਾਰੇ ਪੇਪਰਾਂ ਦੀ ਤਿਆਰੀ ਹੋ ਰਹੀ ਆ ਫਿਰ ਕਿਉਂ ਹੀ ਲੇਟ ਕਰਨਾ ਕਿਉਂ ਹੀ ਭਾਈ ਇੰਤਜ਼ਾਰ ਕਰਨਾ ਹੁਣੇ ਜਾਓ ਅੱਡਾ ਦੀ ਐਪ ਤੇ ਜਾ ਕੇ ਬੈਚ ਨੂੰ ਪਰਚੇਸ ਕਰ ਸਕਦੇ ਹੋ ਬਾਕੀ ਅੱਜ ਦੀ ਕਲਾਸ ਦੇ ਵਿੱਚ ਬੱਚੋ ਨਹੀਂ ਆ ਜੀ ਇਸੇ ਤਰੀਕੇ ਨਾਲ ਪੰਜਾਬ ਅਡਾ 247 ਦੇ ਨਾਲ ਜੁੜੇ ਰਹੋ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ 1000 ਗੁਣੀ ਤਰੱਕੀ ਕਰੋ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਦੇ ਲਈ ਬਿਹਤਰ ਹੋਵੇ ਤੁਹਾਡੇ ਸੁਪਨਿਆਂ ਦੀ ਇਸ ਉਡਾਨ ਦੇ ਵਿੱਚ ਜਿੰਨਾ ਕ ਯੋਗਦਾਨ ਹੋ ਸਕੇ ਜਰੂਰ ਪਾਵਾਂਗੇ ਬਾਕੀ ਅੱਜ ਦੀ ਕਲਾਸ ਵਿੱਚ ਬੱਚੋ ਨਹੀਂ ਆ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਾਕੀ